Okay, this is Dips Bhamra, and on a Saturday afternoon, I see that good event is it? The Saturday views True School da phone I can da. Galit da ya. Je khas bande nu mil da ya, na? To honi honi aaja. Because they had to get out of there. I was like, alright, cool, okay. So I was sitting in the car. Went from Solihull all the way to Derby to meet one of, I would say, Punjabi music's biggest superstar. And, you know, in the industry, who like to be recognized for what they are doing, but the artist that I am sitting in the car, he doesn't want any recognition at all. The kamal di gal hai ya. You know, inna pyar inna mil raha ya. He's the guy who's brought us so many hit songs from Nachdi Alarakwariyan to Leke to Luck 28, still a big song. Back to Basics, that amazing album, and so many Punjabi films. Piche dok din saalan de vich, and he's here on a secret visit here. But Twitter, Facebook, to pata lag janda bande da kithe bande ya kithe uthde ya. And I'm really, really happy, really, really proud to be sitting next to the one and only Diljit Dosanjh. Paji, sat sri akaal ji. Paji, sat sri akaal ji. I gotta say, tuhadi jehdi chori aa phad hogi. Because usually Twitter te pata lag janda, Facebook te pata lag janda, acha tor itthe ya, is desh ch hona ya, it city ch hona ya, is vele tusi hain chori chori look look ke aaye ya. Nahi chori look ke nahi aaya, main ta jadon utreya si odon ik video paayi si Instagram te. So but haan main apne pind aaya Derby. ਤੁਹਾਡਾ ਪਿੰਡੀ ਹੁਣ ਲੱਗ ਗਿਆ ਨਾ? ਮੇਰਾ ਪਿੰਡੀ ਹੋ ਗਿਆ, ਪਿੰਡੀ ਬਣ ਗਿਆ. ਇੱਥੇ ਰਿਹਾ ਮੈਂ ਜ਼ਿਆਦਾ ਯੂਕੇ 'ਚ. ਡਰਬੀ ਮੇਰੇ ਭੈਣ ਹੋਣੀ ਵੀ ਇੱਥੇ ਵਿਆਹ ਹੈ. ਓਕੇ. ਅਤੇ ਸੁੱਖੀ ਭਾਈ ਉਹਨਾਂ ਦੇ ਘਰ ਦੇ ਇੱਥੇ ਨੇੜੇ ਹੀ ਆ ਘਰ, ਭਾਈ ਹਰਮੀ ਭਾਈ ਉਹਨਾਂ ਦਾ ਘਰ. ਸੋ ਡਰਬੀ ਦਾ ਪਿੰਡੀ ਹੋ ਗਿਆ ਮੇਰਾ. ਆਲਰਾਈਟ, ਲੈਟਸ ਡੂ ਦਿਸ ਬਿਕਾਜ਼ ਆਈ ਡੋਨਟ ਨੋ ਕਿ ਆਪਾਂ ਕਿਹੜੀਆਂ ਗੱਲਾਂ ਕਰਨੀਆਂ, ਕਿੱਧਰ ਨੂੰ ਜਾਣੀਆਂ ਗੱਲਾਂ. ਵੀ ਜਸਟ ਗੋਨਾ ਹੈਵ ਅ ਨਾਈਸ ਕਨਵਰਸੇਸ਼ਨ ਅਬਾਊਟ ਯੂਰਸੈਲਫ, ਕਿਉਂਕਿ ਸਾਰਿਆਂ ਨੂੰ ਪਤਾ ਤੁਹਾਡੇ ਗਾਣੇ ਬਾਰੇ ਇੰਨਾ ਪਿਆਰ ਦਿੰਦੇ ਆ, ਫਿਲਮਾਂ ਨੂੰ ਇੰਨਾ ਪਿਆਰ ਦਿੰਦੇ ਆ, ਅਤੇ ਯੂ ਨੋ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ, ਇਟਸ ਯੂਜ਼ਲੀ ਅਬਾਊਟ ਮਿਊਜ਼ਿਕ ਜਾਂ ਫਿਲਮ. ਸੋ ਆਈ ਯੂ ਨੋ ਆਈ ਜਸਟ ਵਾਂਟਡ ਟੂ ਟਾਕ ਅਬਾਊਟ ਯੂ ਨੋ ਦਿਲਜੀਤ ਦੋਸਾਂਝ, ਜਿਹੜੇ ਇਨਸਾਨ ਆ. ਅਤੇ ਸ਼ੁਰੂ ਕਰਨ ਤੋਂ ਪਹਿਲਾਂ ਆਈ ਵਾਂਟ ਟੂ ਨੋ ਕਿ ਤੁਹਾਡੇ ਸਭ ਤੋਂ ਫੇਵਰੇਟ ਪੰਜ ਗੀਤ ਕਿਹੜੇ ਆ? ਇਹ ਘੱਟ ਆ, ਮੇਰੇ ਤਾਂ ਬਹੁਤ ਗੀਤ ਫੇਵਰੇਟ. ਆਈ ਨੋ, ਜੇ ਮੈਂ ਤੁਹਾਨੂੰ ਕਿਹਾ ਪੰਜ ਹੀ ਆ ਤੁਹਾਡੇ, ਵਾਟ ਵੁੱਡ ਯੂ ਸੇ? ਯੂ ਨੋ ਜੇ ਗੱਡੀ 'ਚ ਸਫ਼ਰ 'ਚ ਜਾ ਰਹੇ ਆ, ਯਾਰ ਮੈਨੂੰ ਪੰਜ ਗਾਣੇ ਚਾਹੀਦੇ ਆ, ਮੇਰੇ ਮਨਪਸੰਦ ਦੇ, ਜਿਹੜਾ ਮਰਜ਼ੀ ਆਰਟਿਸਟ ਹੋਵੇ, ਜਿੱਥੋਂ ਮਰਜ਼ੀ ਬਣੇ ਹੋਣ, ਕਿਹੜੇ ਹੋ ਗਏ ਯੂਰ ਫਾਈਵ ਫੇਵਰੇਟ? ਪੰਜ ਗਾਣੇ, ਗਾਣੇ ਤਾਂ ਬਹੁਤ ਜ਼ਿਆਦਾ, ਆਰਟਿਸਟ ਦੱਸ ਦਿੰਦਾ ਮੈਂ, ਹੈ ਨਾ, ਕਿ ਗੁਰਦਾਸ ਮਾਨ ਸਾਹਿਬ ਦੇ ਗਾਣੇ. ਹੁਣ ਵੀ ਅਸੀਂ, ਬੜੀ ਇੰਟਰਸਟਿੰਗ ਗੱਲ ਆ ਸੀ, ਜਦੋਂ ਸੁੱਖੀ ਭਾਅ ਜੀ ਮੈਨੂੰ ਲੈਣ ਆਏ ਸੀ ਏਅਰਪੋਰਟ ਤੋਂ, ਅਤੇ ਅਸੀਂ ਉਹ ਕਈ ਗਾਣੇ ਸੁਣੇ ਨਵੇਂ ਵੀ, ਬਟ ਜਦੋਂ ਪੁਰਾਣੇ ਗਾਣੇ ਅਸੀਂ ਸੁਣੇ ਅਤੇ ਪੰਜਾਬੀ ਫਿਲਮਾਂ ਦੇ ਵੀ, ਈਵਨ ਮੈਂ ਹੁਣ ਚਲੋ ਪੰਜਾਬੀ ਫਿਲਮਾਂ 'ਚ ਕੰਮ ਕਰਦਾ, ਪਰ ਕੁਛ ਗਾਣੇ ਮੈਂ ਪੰਜਾਬੀ ਫਿਲਮਾਂ ਵਾਲੇ ਪੁਰਾਣੇ ਸੁਣੇ ਹੀ ਨਹੀਂ ਸੀ. ਅੱਛਾ. ਜਿਨ੍ਹਾਂ ਦੀ ਕੁਆਲਿਟੀ, ਜਿਨ੍ਹਾਂ ਦੀ ਕੰਪੋਜੀਸ਼ਨਸ, ਜਿਨ੍ਹਾਂ ਦਾ ਕੰਮ ਅੱਜ ਦੇ ਫਿਲਮਾਂ ਦੇ ਗਾਣਿਆਂ ਨਾਲੋਂ ਬਹੁਤ ਜ਼ਿਆਦਾ ਬੈਟਰ ਸੀਗਾ, ਅਤੇ ਮੈਨੂੰ ਥੋੜ੍ਹੀ ਸ਼ਰਮ ਵੀ ਆਈ ਕਿ ਉਨੀ ਮਿਹਨਤ ਮਿਊਜ਼ਿਕ 'ਤੇ ਨਹੀਂ ਹੋ ਰਹੀ. ਸੋ ਸੁੱਖੀ ਭਾਈ ਉਹਨਾਂ ਕੋਲ ਮੈਂ ਜਦੋਂ ਵੀ ਆਉਣਾ ਇੱਥੇ, ਅਤੇ ਉਦੋਂ ਕਾਫੀ ਕੁਛ ਸਿੱਖਣ ਨੂੰ ਮਿਲਦਾ. ਸੋ ਪੰਜਾਬੀ ਮਿਊਜ਼ਿਕ ਨਾਲ ਜਿੱਦਾਂ ਮੈਂ ਹੋਰ ਜੁੜ ਜਾਂਦਾ, ਇਹ ਮੇਰਾ ਇੱਕ ਵਿਜ਼ਿਟ, ਚਲੋ ਗਾਣਾ ਤਾਂ ਅਸੀਂ ਤਿਆਰ ਕਰਦੇ ਹਾਂ, ਬਟ ਇਹ ਵਿਜ਼ਿਟ ਮੇਰੇ ਲਈ ਇੱਕ ਲੈਸਨ ਵੀ ਹੁੰਦਾ. ਜਿੱਦਾਂ ਮੈਂ ਲਾਸਟ ਟਾਈਮ ਵੀ ਬੈਕ ਟੂ ਬੇਸਿਕ ਕੀਤੀ ਸੀ, ਇੱਕ ਲੈਸਨ ਸੀ ਮੇਰੀ ਲਾਈਫ ਦਾ ਵੀ ਅਤੇ ਮਿਊਜ਼ਿਕ ਦੇ ਵਿੱਚ ਵੀ. ਸੋ ਮੈਨੂੰ ਦੋਹਰਾ ਚਾਅ ਹੁੰਦਾ, ਡਬਲ, ਕਿ ਹੁਣ ਸਿੱਖਣਾ ਵੀ ਆ ਅਤੇ ਕੰਮ ਵੀ ਕਰਨਾ. ਸੋ ਮਾਨ ਸਾਹਿਬ ਹੁਣਾਂ ਦੇ ਗਾਣੇ, ਕੁਲਦੀਪ ਮਾਣਕ ਸਾਹਿਬ ਦੇ ਗਾਣੇ, ਅਤੇ ਸੁੱਖੀ ਭਾਈ ਉਹਨਾਂ ਦੀਆਂ ਪੁਰਾਣੀਆਂ ਐਲਬਮ ਜਿੰਨੀਆਂ ਵੀ ਇਹਨਾਂ ਨੇ ਕੀਤੀਆਂ, ਹੈ ਨਾ, ਉਹ ਸੁਣਦੇ ਹੁੰਦੇ. ਉਹ ਮੈਂ ਵੈਸੇ ਵੀ ਸੁਣਦਾ ਹੁੰਦਾ ਜੇ ਕਿਤੇ ਹੋਰ ਵੀ ਹੋਵਾਂ, ਅਤੇ ਅਸੀਂ ਲਾ ਕੇ, ਅਤੇ ਕਿਉਂਕਿ ਉਹਦੇ 'ਚ ਉਹ ਐਨਰਜੀ ਜਿਹੜਾ ਨਾ, ਜਿਹੜਾ ਉਹ ਜਿੱਦਾਂ ਅਸੀਂ ਇਹ ਵੀ ਨਵੀਂ ਗੱਲ ਕਰਦੇ ਸੀ ਕਿ ਹਰ ਇੱਕ ਆਰਟਿਸਟ ਦੇ ਗਾਣਿਆਂ ਦੇ ਵਿੱਚ ਉਹਦੀ ਆਪਣੀ ਵਾਈਬਸ ਹੈ ਨਾ ਜਿਹੜੀ, ਉਹ ਵੀ ਜ਼ਰੂਰ ਹੁੰਦੀ ਆ, ਆਪਣੀ ਪਛਾਣ ਹੁੰਦੀ ਆ. ਹਾਂ, ਜੇ ਤੁਹਾਡੇ 'ਚ ਨੈਗੇਟਿਵਿਟੀ ਆ ਤਾਂ ਉਹ ਵੀ ਦਿਸੂਗੀ, ਜੇ ਪੋਜ਼ਿਟਿਵਿਟੀ ਆ ਤਾਂ ਉਹ ਵੀ ਦਿਖੂਗੀ. ਸੋ ਤਿੰਨ ਆਰਟਿਸਟ ਹੋ ਗਏ, ਗੁਰਦਾਸ ਮਾਨ ਜੀ, ਕੁਲਦੀਪ ਮਾਨਕ ਜੀ, ਟਰੂਸਕੂਲ. What a list. Yeah. That's a crazy list. ਦੋ ਹੋਰ ਕਿਹੜੇ ਆ ਤੁਹਾਡੇ ਮਨਪਸੰਦ ਵਾਲੇ? ਹੋਰ ਮਨਪਸੰਦ ਦੇ ਆਰਟਿਸਟ ਮੇਰੇ ਸਾਰੇ ਵੈਸੇ ਮਨਪਸੰਦ ਹੀ ਆ. ਹੋਰ ਨਵੇਂ ਆਰਟਿਸਟ ਵੀ ਜਿਹੜੇ ਮਰਜ਼ੀ, ਪੁਰਾਣੇ ਸਾਹਿਬ ਜਿੱਦਾਂ ਉਹ ਇੱਕ ਨਵੀਂ ਹੋਰ ਬੈਲਟ ਆਈ ਸੀ,
ਤੇ ਬਿੰਦਰਖਿਆ ਸਾਹਿਬ ਦੇ ਗਾਣੇ ਮਨਮੋਹਨ ਵਾਰਿਸ ਸਾਹਿਬ ਦੇ ਗਾਣੇ ਹਾਂ ਤਾਂ ਇਹ ਮੈਂ ਸੁਣੇ ਯਾਰ ਕੀ ਇਮੈਜਿਨ ਜੇ ਹਲੇ ਬਿੰਦਰਖਿਆ ਜੀ ਇੱਥੇ ਹੁੰਦੇ ਕੀ ਕਮਾਲ ਹੁੰਦਾ ਜੋ ਉਹਨਾਂ ਨੇ ਉਹ 10 ਸਾਲਾਂ 'ਚ ਕੀਤਾ ਅਜੇ ਤੱਕ ਵੀ ਇੱਥੇ ਕਈ ਵਾਰੀ ਬਹਿੰਦੇ ਹੁੰਦੇ ਆ ਯਾਰ ਜੇ ਇੱਥੇ ਕਾਸ਼ ਇੱਥੇ ਸੁਰਜੀਤ ਬਿੰਦਰਖਿਆ ਹਲੇ ਵੀ ਹੋਏ ਕਮਾਲ ਕਰ ਦੇਣੇ ਸੀ ਇਜ਼ ਦਾ ਓਨਲੀ ਆਰਟਿਸਟ ਜਿਹਨੇ ਮਤਲਬ ਇੰਨੇ ਜ਼ਿਆਦਾ ਉਹਨਾਂ ਨੇ ਹਿੱਟ ਗਾਣੇ ਦਿੱਤੇ ਡੀ ਜੇਸ 'ਤੇ ਇੱਕ ਵਾਰ ਗਾਣਾ ਹਿੱਟ ਹੋ ਜਾਣਾ ਅਤੇ ਦੋ ਵਾਰੀ ਗਾਣਾ ਹਿੱਟ ਹੋ ਜਾਣੇ ਉਹ ਵੱਖਰੀ ਗੱਲ ਆ ਵਾਰ ਵਾਰ ਜਿੱਦਾਂ ਟੱਚ ਕੀਤਾ ਉੱਪਰ ਹੈ ਨਾ ਅਤੇ ਅਮੇਜ਼ਿੰਗ ਇਨਕ੍ਰੈਡੀਬਲ ਨਾਲੇ ਵਾਜ਼ ਜੋ ਰੇਂਜ ਸੀ ਐਸ ਵੈਲ ਜਿਹੜੀ ਇੰਨੀ ਲੰਬੀ ਹੇਕ ਲਾਉਂਦੇ ਹੁੰਦੇ ਸੀ ਇਜ਼ ਇਨਕ੍ਰੈਡੀਬਲ ਭਾਜੀ ਆਈ ਵਾਂਟ ਟੂ ਟਾਕ ਅਬਾਊਟ ਬਚਪਨ ਤੋਂ ਜੋ ਤੁਸੀਂ ਛੋਟੇ ਹੁੰਦੇ ਸੀ ਤੁਹਾਡੇ ਘਰ ਦੇ ਵਿੱਚ ਸੰਗੀਤ ਦਾ ਮਾਹੌਲ ਹੁੰਦਾ ਸੀ ਜਾਂ ਪੜ੍ਹਨ ਲਿਖਣ ਦਾ ਜ਼ਿਆਦਾ ਮਾਹੌਲ ਹੁੰਦਾ ਸੀ ਜੋ ਵਨ ਯੂ ਵਰ ਗਰੋਇੰਗ ਅਪ ਘਰ ਕੁਲਦੀਪ ਮਾਣਕ ਸਾਹਿਬ ਉਹਨਾਂ ਦੀਆਂ ਜਿਹੜੀਆਂ ਕੈਸਟਾਂ ਉਹੀ ਮੇਰੇ ਡੈਡ ਦੀ ਅਲਮੇਰਾ 'ਚ ਉਹੀ ਹੁੰਦੀਆਂ ਸੀ ਬਸ ਇੱਕੋ ਹੀ ਆਰਟਿਸਟ ਹੋਰ ਕੋਈ ਆਰਟਿਸਟ ਸਾਡੇ ਘਰ ਅੱਛਾ ਮੈਂ ਵੀ ਸੁਣਿਆ ਨਹੀਂ ਸੀ ਅੱਛਾ ਅਤੇ ਪਹਿਲਾਂ ਜਿੱਦਾਂ ਭੈਣ ਹੋਣੀ ਹੈ ਤਾਂ ਹਿੰਦੀ ਗਾਣੇ ਹਿੰਦੀ ਫਿਲਮ ਵਾਲੇ ਸੁਣਦੇ ਹੁੰਦੇ ਸੀ ਅੱਛਾ ਪੁਰਾਣੇ ਹਿੰਦੀ ਹਾਂ ਪੁਰਾਣੇ ਹਿੰਦੀ ਫਿਲਮ ਵਾਲੇ ਅਤੇ ਜਾਂ ਡੈਡੀ ਉਹਨਾਂ ਦੀ ਜਿਹੜੀ ਟੇਪ 'ਚ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਓਕੇ ਮੇਰੇ ਡੈਡ ਦੇ ਵਿਆਹ 'ਤੇ ਮੇਰੇ ਚਾਚੇ ਦੇ ਵਿਆਹ 'ਤੇ ਕੁਲਦੀਪ ਮਾਣਕ ਸਾਹਿਬ ਸਾਰੇ ਸਾਡੀ ਫੈਮਿਲੀ 'ਚ ਕੁਲਦੀਪ ਮਾਣਕ ਸਾਹਿਬ ਦਾ ਹੀ ਪ੍ਰੋਗਰਾਮ ਸੀ ਉਹਨਾਂ ਦੇ ਅਖਾੜੇ ਲੱਗੇ ਸੀ ਸੋ ਮੈਂ ਇੱਕੋ ਹੀ ਆਰਟਿਸਟ ਨੂੰ ਸੁਣੀ ਕੁਲਦੀਪ ਮਾਣਕ ਸਾਹਿਬ ਨੂੰ ਉਸ ਤੋਂ ਬਾਅਦ ਜਦੋਂ ਥੋੜ੍ਹੇ ਜਿੱਦਾਂ ਵੱਡੇ ਹੋਏ ਉਦੋਂ ਬਾਅਦ ਮੈਂ ਬਾਕੀ ਆਰਟਿਸਟਾਂ ਨੂੰ ਸੁਣਨਾ ਸ਼ੁਰੂ ਕੀਤਾ ਅਤੇ ਜਿਹੜੇ ਸਭ ਤੋਂ ਪਹਿਲੇ ਪੰਜਾਬੀ ਸਿੰਗਰ ਮੈਨੂੰ ਪਸੰਦ ਆਇਆ ਸੀ ਉਹ ਮਨਮੋਹਨ ਵਾਰਿਸ ਸੀ ਅੱਛਾ ਜੇ ਮੈਂ ਸੱਚੀ ਦੱਸਾਂ ਸੱਜਰੇ ਚੱਲੇ ਮੁਕਲਾਵੇ ਇਹ ਗਾਣਾ ਮੈਂ ਉਹਨਾਂ ਦਾ ਸੁਣਿਆ ਸੀ ਇੱਥੋਂ ਮੈਨੂੰ ਮੈਂ ਯਾਰ ਪੰਜਾਬੀ ਘੈਂਟ ਗਾਣੇ ਫਿਰ ਹੌਲੀ ਹੌਲੀ ਸੁਣਦੇ ਗਏ ਫਿਰ ਜਦੋਂ ਫਿਰ ਥੋੜ੍ਹਾ ਹੋਰ ਗਰੋ ਹੋਰ ਸੁਣਿਆ ਫਿਰ ਪਤਾ ਲੱਗਾ ਕਿੰਨਾ ਰਿਚ ਆ ਸਾਡਾ ਆਪਣਾ ਮਿਊਜ਼ਿਕ ਸੋ ਬਟ ਨੈਨੀ ਕੇਸ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਤਾਂ ਸ਼ੁਰੂ ਤੋਂ ਸੁਣਦੇ ਆਏ ਅਤੇ ਉਹ ਉਹੀ ਲੱਗਦਾ ਸੀ ਵੀ ਇੱਕੋ ਹੀ ਆਰਟਿਸਟ ਹੈ ਅੱਛਾ ਹਾਂ ਅਤੇ ਮਨਮੋਹਨ ਵਾਰਿਸ ਹੀ ਇਜ਼ ਵਨ ਆਫ ਦੋਸ ਆਰਟਿਸਟ ਜਿਨ੍ਹਾਂ ਨੇ ਜਿਹੜਾ ਮਿਕਸ ਜਿਹਾ ਕਰਵਾਤਾ ਸੀ ਆਪਣਾ ਸਟਾਈਲ ਥੋੜ੍ਹਾ ਬਹੁਤਾ UK ਦਾ ਸਟਾਈਲ ਸੀ ਐਂਡ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਐਨਰਜੀ ਉਹ ਮਿਊਜ਼ਿਕ ਦੇ ਵਿੱਚ ਐਨਰਜੀ ਹੁੰਦੀ ਸੀ ਨਾਲੇ ਉਹਨਾਂ ਦੀ ਆਵਾਜ਼ ਦੇ ਵਿੱਚ ਪਾਵਰ ਹੁੰਦੀ ਸੀ ਹਾਂ ਬਹੁਤ ਪਾਵਰ ਵੀ ਅਤੇ ਜਿਹੜੀ ਕੰਨ ਰਸ ਜਿਹਨੂੰ ਕਹਿੰਦੇ ਕੰਨ ਸੁਣਨ ਨੂੰ ਚੁੱਭਦੀ ਨਹੀਂ ਸੀ ਆਵਾਜ਼ ਅਤੇ ਔਰ ਫੋਰਸ ਵੀ ਦੋਨੇ ਚੀਜ਼ਾਂ ਸੀ ਛੋਟੇ ਹੁੰਦੇ ਤੁਹਾਡਾ ਧਿਆਨ ਉਸ ਟਾਈਮ 'ਤੇ ਮਿਊਜ਼ਿਕ ਵੱਲ ਹੁੰਦਾ ਸੀ ਜਾਂ ਪੜ੍ਹਾਈ ਦੇ ਵਿੱਚ ਹੁੰਦਾ ਸੀ ਮਿਊਜ਼ਿਕ ਦਾ ਹੀ ਮੈਨੂੰ ਲੱਗਦਾ ਜ਼ਿਆਦਾ ਸੀ ਪੜ੍ਹਾਈ ਤੁਹਾਡੀ ਫੈਮਿਲੀ ਦੇ ਵਿੱਚੋਂ ਸੀ ਕਿ ਯੂਨੋ ਜਾਂ ਡੈਡੀ ਹੋਣੇ ਤੱਕ ਕੋਈ ਤਾਏ ਚਾਚੇ ਜਾਂ ਪਿੰਡ ਦੇ ਵਿੱਚ ਕੋਈ ਆਰਟਿਸਟ ਹੁੰਦੇ ਸੀ ਕੋਈ ਇੱਦਾਂ ਦਾ ਮਾਹੌਲ ਹੁੰਦਾ ਸੀ ਨਹੀਂ ਇੱਦਾਂ ਹੀ ਪਿੰਡਾਂ 'ਚ ਸਾਰੇ ਗਾਉਂਦੇ ਹੁੰਦੇ ਹੈ ਨਾ ਹਾਂ ਸਾਡੇ ਪਿੰਡ ਦੇ ਹਾਂਜੀ ਦੀਪਾ ਦੋਸਾਂਝ ਭਾਜੀ ਅੱਛਾ ਉਹਨਾਂ ਦਾ ਛੋਟਾ ਬ੍ਰਦਰ ਵੀ ਗਾਉਂਦਾ ਮੈਂ ਦੀਪੇ ਭਾਈ ਨੂੰ ਪਿੰਡ ਤਾਂ ਨਹੀਂ ਮਿਲਿਆ ਕਦੇ ਓਕੇ ਅਤੇ ਇੱਥੇ ਮੈਨੂੰ ਆ ਕੇ ਬਾਅਦ ਬਹੁਤ ਲੇਟ ਪਤਾ ਲੱਗਾ ਕਿ ਸਾਡੇ ਪਿੰਡ ਦੇ ਹੋਰ ਵਧੀਆ ਆਰਟਿਸਟ ਹੈ ਨਾ ਸੁੱਕੀ ਭਾਈ ਉਹਨਾਂ ਨੇ ਮਿਊਜ਼ਿਕ ਕੀਤਾ ਉਹਨਾਂ ਦਾ ਉਹਨਾਂ ਦੇ ਛੋਟਾ ਭਰਾ ਬਲਜੀਤਾ ਸਾਡੇ ਪਿੰਡ ਉਹ ਗਾਉਂਦਾ ਹੁੰਦਾ ਸੀ ਓਕੇ ਹਾਂ ਅਤੇ ਉਹਨੇ ਕਦੇ ਮੋਟਰ 'ਤੇ ਬਹਿ ਕੇ ਗਾਉਣਾ ਬਲਜੀਤੇ ਨੇ ਅਤੇ ਉਹ ਮੈਂ ਉਹਨਾਂ ਨੂੰ ਸੁਣਿਆ ਛੋਟੇ ਹੁੰਦੇ ਜਿਹੜਾ ਜਿਹੜਾ ਸਿੰਗਰ ਹੁੰਦਾ ਆ ਇੱਕ ਲੈਵਲ ਆਫ ਕੋਨਫੀਡੈਂਸ ਹੋਣਾ ਚਾਹੀਦਾ ਆ ਕਿ ਜੇ ਮੇਰੀ ਆਵਾਜ਼ ਹੋਣੀ ਆ ਮੈਂ ਸਟੇਜ ਦੇ ਮੂਹਰੇ ਕਰਨਾ ਮੈਨੂੰ ਉਹ ਕੋਨਫੀਡੈਂਸ ਹੋਣੀ ਚਾਹੀਦੀ ਤਾਂ ਕਈ ਵਾਰੀ ਯੂਨੋ ਬਚਪਨ 'ਚ ਹੁੰਦੀ ਹੈ ਕਈ ਵਾਰੀ ਯੂਨੋ 10-20 ਸਾਲ ਬਾਅਦ ਉਸ ਬੰਦੇ ਨੂੰ ਕੋਨਫੀਡੈਂਸ ਆਉਂਦੀ ਆ ਤੁਹਾਡੇ ਮਨ 'ਚ ਕਦੋਂ ਆਇਆ ਕਿ ਇੱਕ ਮੇਰਾ ਕੋਈ ਕਰੀਅਰ ਬਣ ਸਕਦਾ ਜਾਂ ਹੋਬੀ ਰੱਖ ਲਵਾਂ ਸਕੂਲ 'ਚ ਸਾਡੇ ਟੀਚਰ ਹੁੰਦੇ ਸੀ ਮਾਸਟਰ ਸਾਡੇ ਪੱਗ ਬੰਨ੍ਹ ਹੁੰਦੇ ਸੀ ਮੈਨੂੰ ਨਾ ਹੁਣ ਚੇਤਾ ਫੁੱਲ ਗਿਆ ਓਕੇ ਅਤੇ ਉਹ ਜਦੋਂ ਮੈਨੂੰ ਉਹ ਸਾਡੇ ਪਿੰਡਾਂ ਦੇ ਲਾਗੇ ਦੇ ਸੀ ਮੈਂ ਦੋਸਾਂਝ ਕਲਾਂ ਪਿੰਡ ਮੇਰੇ ਲਾਗੇ ਹੀ ਪਿੰਡ ਸੀਗਾ ਉੱਥੇ ਦੇ ਸੀ ਉਹ ਅਤੇ ਉਹ ਮੈਨੂੰ ਜਦੋਂ ਵੀ ਬੁਲਾਉਂਦੇ ਸੀ ਮੈਨੂੰ ਯਾਦ ਆ ਚੌਥੀ ਕਿ ਸੀ ਚੌਥੀ ਪੰਜ ਉਹਨੇ ਮੈਨੂੰ ਕਲਾਕਾਰ ਹੀ ਕਹਿਣਾ ਮਤਲਬ ਗਾਣੇ ਗੁਣੇ ਸੁਣਨੇ ਮੈਨੂੰ ਇਹ ਕਹਿਣਾ ਵੀ ਕਲਾਕਾਰ ਆ ਕੰਮ ਕੀਤਾ ਤਾਂ ਮੈਨੂੰ ਇੱਦਾਂ ਲੱਗਣ ਲੱਗ ਪਿਆ ਵੀ ਮੈਂ ਹੈਗਾ ਹੀ ਹਾਂ ਵੀ ਸ਼ਾਇਦ ਮੈਨੂੰ ਇਹੀ ਬਣਨਾ ਆ ਉਹਨੇ ਪਹਿਲਾਂ ਹੀ ਦੇਖ ਲਿਆ ਆਰਾ ਨੋ ਮਤਲਬ ਉਹ ਸ਼ਾਇਦ ਮੈਨੂੰ ਛੇੜਦਾ ਹੀ ਪਤਾ ਨਹੀਂ ਕਿੱਦਾਂ ਸੀ ਉਹ ਮੈਨੂੰ ਇੱਦਾਂ ਕਹਿੰਦੇ ਹਾਂ ਵੀ ਕਲਾਕਾਰਾਂ ਤੂੰ ਕੰਮ ਕੀਤਾ ਬਾਕੀਆਂ ਨੂੰ ਉੱਦਾਂ ਵੀ ਹਾਂ ਫਲਾਨਿਆ ਤੂੰ ਫਲਾਨਿਆ ਮੇਰਾ ਨਾਂ ਨਹੀਂ ਸੀ ਲੈਂਦੇ ਹੁੰਦੇ ਕਲਾਕਾਰ ਹੀ ਕਹਿੰਦੇ ਹੁੰਦੇ ਅਤੇ ਮੈਨੂੰ ਇਹੀ ਸੀ ਵੀ ਮੈਂ ਇਹੀ ਬਣਨਾ ਫਿਰ ਇਹੀ ਆ ਬਸ ਆਪਸ਼ਨ ਇਹੀ ਆਪਸ਼ਨ ਇਹੀ ਆਪਸ਼ਨ ਬਸ ਪੜ੍ਹਾਈ ਦੇ ਵਿੱਚ ਕਦੇ ਨਹੀਂ ਠੀਕ ਸੀ ਮੈਂ ਮਾੜਾ ਨਹੀਂ ਸੀ ਹਾਂ ਇੰਗਲਿਸ਼ 'ਚ ਮਾੜਾ ਸੀ ਹਾਂ ਸੋ ਤੂੰ ਤਾਂ ਬਹੁਤ ਸਿੱਖ ਲਈ ਹੋਈ ਹੈ ਮੈਂ ਉੱਧਰ ਉਹ ਤਾਂ ਦੇਖ ਦੇਖ ਕੇ ਪਰ ਉੱਦਾਂ ਇੰਗਲਿਸ਼ 'ਚ ਨਹੀਂ ਸਹੀ ਮੈਂ ਬਾਕੀ ਠੀਕ ਸੀ ਹਿਸਾਬ 'ਚ ਵੀ ਕਮਜ਼ੋਰ ਸੀ ਅਤੇ ਕਰੀਅਰ ਸ਼ੁਰੂ ਕਰਨ ਦੇ ਵਿੱਚ ਯੂਨੋ ਕਈ ਵਾਰੀ ਕੋਈ ਬੰਦਾ ਜਾਣਦਾ ਹੁੰਦਾ ਹੈ ਯੂਨੋ ਸਪੋਰਟ ਹੋ ਜਾਂਦੀ ਫੈਮਿਲੀ 'ਚ ਹਾਂ ਮੈਨੂੰ ਫਲਾਣਾ ਕੋਈ ਸਟੂਡੀਓ ਵਾਲਾ ਜਾਣਦਾ ਕੋਈ ਮਿਊਜ਼ਿਕ ਪ੍ਰੋਡਿਊਸਰ ਵਾਲਾ ਜਾਣਦਾ ਆ ਆਪਾਂ ਉਹਦੇ ਕੋਲ ਜਾਂਦੇ ਹਾਂ ਤੁਹਾਡਾ ਸਫ਼ਰ ਕਿੱਦਾਂ ਸ਼ੁਰੂ ਹੋਇਆ ਸੀ ਇਹ ਮੈਨੂੰ ਅੱਜ ਤਾਂ ਹੁਣ ਤਾਂ ਆਰਟਿਸਟ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਐਲਬਮ ਕਰਨੀ ਆ ਜਾਂ ਗਾਣਾ ਕਰਨਾ ਜਾਂ ਯੂਟਿਊਬ 'ਤੇ ਗਾਣਾ ਪਾਉਣਾ ਮੈਂ ਤਾਂ ਬੜਾ ਹੀ ਡਫਰ ਸੀ ਮੁੱਲਾਂ ਦਾ ਮੈਨੂੰ ਜਮਾਂ ਨਹੀਂ ਸੀ ਪਤਾ ਕਿ ਕਰਨਾ ਕੀ ਮੈਂ ਮਿਊਜ਼ਿਕ ਸਿੱਖਦਾ ਸੀ
ਤਬਲਾ ਹਾਰਮੋਨੀਅਮ ਥੋੜ੍ਹਾ ਹੀ ਮੈਨੂੰ ਆਉਂਦਾ, ਜ਼ਿਆਦਾ ਤਾਂ ਆਉਂਦਾ ਨਹੀਂ, ਪਰ ਮੈਂ ਸਿੱਖਦਾ ਸੀਗਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਸਿੰਗਰ ਬਣਨਾ ਕਿੱਦਾਂ। ਓਕੇ। ਅਤੇ ਮੈਨੂੰ ਕਿਸੇ ਨੇ ਦੱਸਿਆ ਕਿ ਕੰਪਨੀ ਇੱਕ ਫਾਈਨ ਟੋਨ ਤੋਂ ਉੱਥੇ ਜਾ, ਤੇਰੀ ਟੇਪ ਕਰਨਗੇ। ਦੈਨ ਮੈਂ ਸੋਚਿਆ ਵੀ ਫੇਕ ਹੀ ਹੋਊਗਾ ਟੇਪ ਤੋਂ ਬਾਅਦ, ਅਤੇ ਅੱਛਾ ਫੇਰ ਮੈਨੂੰ ਤਾਂ ਲੱਗਾ ਕਿ ਮੈਨੂੰ ਤਾਂ ਸੀ ਵੀ ਮੈਂ ਖਰੇ ਸਿੱਖੀ ਜਾਣਾ, ਸਹੀ ਅਗਲੇ ਹੀ ਨਹੀਂ ਸੀ ਵੀ ਮੈਨੂੰ ਇੱਦਾਂ ਹੀ ਸ਼ਾਇਦ ਕਿਸੇ ਨੇ ਕਹਿ ਦੇਣਾ ਵੀ ਹੁਣ ਤੂੰ ਸਿੰਗਰ ਆ। ਫਿਰ ਮੈਂ ਉੱਥੇ ਗਿਆ, ਉਦੋਂ ਮੈਨੂੰ ਜਾ ਕੇ ਪਤਾ ਲੱਗਾ ਵੀ ਇਹਨਾਂ ਆਰਟਿਸਟਾਂ ਦੀਆਂ ਟੇਪਾਂ ਆਈਆਂ। ਬਿੰਦਰਖੀਆ ਸਾਹਿਬ ਦੀ ਟੇਪ ਵੀ ਫਾਈਨ ਟੋਨ ਨੇ ਕੀਤੀ ਸੀ। ਇਹ ਜੋ ਟੇਪ ਆਉਂਦੀ ਆ ਫਿਰ ਸਾਰੇ ਸੁਣਦੇ ਆ, ਫਿਰ ਪ੍ਰੋਗਰਾਮ ਸ਼ੋਅ ਲੱਗਦੇ ਆ, ਫਿਰ ਕਹਿੰਦੇ ਆ ਵੀ ਤੁਸੀਂ ਸਿੰਗਰ ਆ। ਅੱਛਾ। ਅਤੇ ਇੱਦਾਂ ਮੈਨੂੰ ਘੱਟ ਪਤਾ ਸੀ ਬਾਈ। ਅਤੇ ਜਦੋਂ ਤੁਸੀਂ ਕੰਪਨੀ ਵੱਲ, ਤੁਸੀਂ ਉੱਦਾਂ ਹੀ ਕੰਪਨੀ ਵੱਲ ਗਏ ਸੀ ਕਿ ਹਾਂਜੀ ਮੇਰਾ ਨਾਮ ਦਲਜੀਤ ਆ ਅਤੇ ਮੈਨੂੰ ਚਾਹ ਆ ਗਾਉਣ ਦਾ ਅਤੇ ਆਪਾਂ ਕੀ ਕੁਛ ਕਰ ਸਕਦੇ? ਦਲਜੀਤ ਧੂਰਕੁੱਟਿਆ ਜੀ ਉੱਥੇ ਸਾਡੇ ਸਿਖਾਉਂਦੇ ਸੀਗੇ ਡੁਗਰੀ, ਉਹਨਾਂ ਕੋਲ ਮੈਨੂੰ ਕਿਸੇ ਨੇ ਭੇਜਿਆ ਸੀਗਾ, ਮੈਂ ਉਹਨਾਂ ਕੋਲ ਗਿਆ ਸੀ ਅਤੇ ਉਹ ਮੈਨੂੰ ਜਦੋਂ ਮੈਂ ਉਹਨਾਂ ਕੋਲ ਸੁਣਾਇਆ ਉਹ ਕਹਿੰਦੇ ਵੀ ਤੂੰ ਮੇਰੇ ਨਾਲ ਚੱਲੀ ਕੱਲ੍ਹ ਫਾਈਨ ਟੋਨ, ਉਹ ਮੈਨੂੰ ਲੈ ਗਿਆ ਸੀ। ਅੱਛਾ। ਫਿਰ ਮੇਰੇ ਯਾਦ ਆ ਮੈਂ ਇੱਕ ਦੋ ਗਾਣੇ ਸੁਣਾਏ ਆਰਟਿਸਟਾਂ ਦੇ, ਮੈਨੂੰ ਯਾਦ ਨਹੀਂ ਕਿਹੜੇ ਸੁਣਾਏ ਸੀ, ਅਤੇ ਉਹ ਮੈਨੂੰ ਗੱਲ ਬਹੁਤ ਵਧੀਆ ਕਹੀ। ਰਜਿੰਦਰ ਸਿੰਘ ਕੰਪਨੀ ਦੇ ਮਾਲਕ ਸੀ, ਉਹ ਕਹਿੰਦੇ ਵੀ ਜੇ ਤੂੰ ਆਹ ਗਾਣਾ ਗਾਉਣਾ ਇਹ ਕਿਹਦਾ? ਮੈਂ ਜੀ ਫਲਾਣੇ ਸਿੰਗਰ ਦਾ ਜਾਂ ਫਲਾਣੇ ਸਿੰਗਰ। ਫਿਰ ਉਹ ਕਹਿੰਦੇ ਉਹਨੂੰ ਸੁਣਨਗੇ, ਤੈਨੂੰ ਕਿਉਂ ਸੁਣਨਗੇ ਵੀ ਤੂੰ ਬਾਕੀ ਕਲਾਕਾਰਾਂ ਦੇ ਗਾਣੇ ਗਾਈ ਜਾਂਦਾ, ਤੇਰੇ ਕੋਲ ਕੀ ਆ ਆਪਣਾ? ਮੈਂ ਮੇਰੇ ਕੋਲ ਤਾਂ ਹੈ ਨਹੀਂ ਗਾਣਾ ਆਪਣਾ। ਉਦੋਂ ਮੈਨੂੰ ਪਤਾ ਲੱਗਾ ਵੀ ਇਹ ਤਾਂ ਹਾਲੇ ਜੀਰੋ ਵੀ ਮਾਈਨਸ ਜੀਰੋ ਹਾਲੇ ਤਾਂ ਕੰਮ, ਮੇਰੇ ਕੋਲ ਆਪਣਾ ਗਾਣਾ ਤਾਂ ਹੈ ਹੀ ਨਹੀਂ। ਕਿਸੇ ਦਾ ਗਾਣਾ ਗਾ ਦੇਣਾ ਉਹ ਤਾਂ ਆਲਰੇਡੀ ਹਿੱਟ ਹੁੰਦਾ ਗਾਣਾ। ਬਿਲਕੁਲ। ਬਿੰਦਰਖੇ ਸਾਹਿਬ ਦਾ ਮੈਂ ਕੋਈ ਗਾਣਾ ਸੁਣਾ ਦੇਵਾਂ, ਉੱਥੇ ਮਿਹਨਤ ਲੱਗੀ, ਗਾਣਾ ਹਿੱਟ ਹੋਇਆ, ਕਿੰਨਾ ਟਾਈਮ ਲੱਗਾ, ਅਤੇ ਉਹ ਗਾਣਾ ਤਾਂ ਹਿੱਟ ਹੀ ਆ, ਮੇਰੇ ਮੂੰਹ ਤੋਂ ਵੀ ਠੀਕ ਲੱਗੂ ਜਾਂ ਕਿਸੇ ਦੇ ਮੂੰਹ ਤੋਂ ਠੀਕ ਲੱਗੂ, ਪਰ ਆਪਣਾ ਤੁਹਾਡਾ ਕੀ ਆ, ਤੁਸੀਂ ਕੀ ਆ, ਤੁਹਾਡੇ ਕੋਲ ਕੀ ਆ ਆਪਣਾ? ਨਾ ਉਦੋਂ ਮੈਨੂੰ ਅਕਲ ਆਈ, ਮੈਂ ਕਿਹਾ ਯਾਰ ਤਾਂ ਸਾਲਾ ਇਹ ਤਾਂ, ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਕੁਛ। ਫਿਰ ਉਹ ਕਹਿੰਦੇ ਵੀ ਤੂੰ ਆਉਂਦਾ ਰਹੀ ਇੱਥੇ, ਦੋ ਢਾਈ ਸਾਲ ਮੈਂ ਅਪ ਡਾਊਨ ਕੀਤਾ। ਠੀਕ ਹੈ। ਫਿਰ ਉਹ ਕਹਿੰਦੇ ਵੀ ਤੇਰੀ ਟੇਪ ਕਰਾਂਗੇ। ਓਕੇ। ਫਿਰ ਉਹਨੇ ਮੇਰੀ ਟੇਪ ਕੀਤੀ। ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਤੁਹਾਡੇ ਬਾਰੇ ਇੰਗਲੈਂਡ ਦੇ ਵਿੱਚ ਤੁਹਾਡੇ ਬਾਰੇ ਸੁਣਿਆ, ਜਦੋਂ ਕਰੇਜ਼ ਸੀ ਬਲਵੀਰ ਬੋਪਰਾਜ ਦੇ ਗੀਤ, ਬਹੁਤ ਬਾਵੀ ਬਹੁਤ ਹੀ ਜ਼ਿਆਦਾ ਕਰੇਜ਼ ਸੀ ਦੇਰੇ ਗੇਰਾ, ਬਹੁਤ ਜ਼ਿਆਦਾ। ਅਤੇ ਜਦੋਂ ਗਾਣਾ ਇੱਥੇ ਇੰਗਲੈਂਡ 'ਚ ਸੁਪਰ ਹਿੱਟ ਹੋਇਆ, ਹਾਂਜੀ, ਕੋਈ ਪਾਰਟੀ ਹਜੇ ਤੱਕ ਵੀ ਕੋਈ ਪਾਰਟੀ ਕੋਈ ਪ੍ਰੋਗਰਾਮ ਨਹੀਂ ਜਿਹਦੇ ਵਿੱਚ ਉਹ ਗਾਣਾ ਨਹੀਂ ਲੱਗਦਾ। ਅਤੇ ਓਬਵੀਅਸਲੀ ਯੂ ਨੋ ਇੱਕ ਨਵਾਂ ਆਰਟਿਸਟ ਸਾਡੀ ਇੰਡਸਟਰੀ ਦੇ ਵਿੱਚ ਪੈਦਾ ਹੁੰਦਾ ਆ ਅਤੇ ਸਾਰੇ ਬਲਵੀਰ ਬੋਪਰਾ ਨੂੰ ਜਾਣ ਲੱਗ ਪਏ, ਅਤੇ ਫਿਰ ਸੀ ਓਕੇ ਹੁਣ ਅਗਲਾ ਕੀ ਹੋਊਗਾ। ਅਤੇ ਆਈ ਥਿੰਕ ਪਹਿਲੀ ਵਾਰੀ ਇੱਦਾਂ ਹੋਇਆ ਕਿ ਜਿਹੜਾ ਉਸ ਆਰਟਿਸਟ ਦਾ ਜਿਹੜਾ ਸੈਕਿੰਡ ਗੀਤ ਆ ਜੋ ਲੋਕਾਂ 'ਚ ਨਜ਼ਰ ਆਇਆ, ਉਹਨਾਂ ਦੀ ਆਵਾਜ਼ ਦੇ ਵਿੱਚ ਨਹੀਂ ਸੀ, ਉਹਨਾਂ ਕੋਈ ਲਿਖਿਆ ਗੀਤ ਸੀ ਜੋ ਸੀ ਨੱਚਦੀ ਆ ਲੜਕਵਾੜੀ ਆ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਸੀ। ਅਤੇ ਆਈ ਰਿਮੈਂਬਰ ਉਸ ਟਾਈਮ ਦੇ ਵਿੱਚ ਸਰ ਕਹਿ ਰਹੇ ਓਕੇ ਦੇ ਗੇਲਾ ਸੁਣ ਲਿਆ, ਆਹ ਨੈਕਸਟ ਵਨ ਆ, ਆਹ ਨੈਕਸਟ ਵਨ ਆ। ਅਤੇ ਦੈਟ ਵਾਸ ਦ ਫਸਟ ਟਾਈਮ ਵੀ ਹਰਡ ਆਫ ਦਿਲਜੀਤ ਦੋਸਾਂਝ ਹੇਅਰ ਹਾਂ ਨੱਚਦੀਆਂ ਲੜਕਵਾੜੀਆਂ। ਉਸ ਟਾਈਮ 'ਤੇ ਤੁਹਾਡੇ ਲਾਈਫ ਦੇ ਵਿੱਚ ਮਾਹੌਲ ਕੀ ਸੀ ਜਦੋਂ ਉਹ ਗਾਣਾ ਤੁਹਾਨੂੰ ਮਾਣ ਮੋਤਾ ਪਤਾ ਲੱਗਾ ਕਿ ਯਾਰ ਗਾਣਾ 'ਚ ਮੇਰਾ ਚੱਲ ਪਿਆ? ਮੈਨੂੰ ਇਹ ਲੱਗਦਾ ਮੇਰੀ ਪਹਿਲੀ ਟੇਪ ਚੱਲ ਪਈ। ਅੱਛਾ। ਉਦੋਂ ਪ੍ਰੋਗਰਾਮ ਲੱਗਣ ਲੱਗ ਪਿਆ ਸੀ। ਓਕੇ। ਪੈਸੇ ਆਉਣ ਲੱਗ ਪਿਆ ਸੀ ਭਾਅ ਜੀ। ਅਤੇ ਮਤਲਬ ਮੈਂ ਘਰੋਂ ਕਦੇ 10 ਰੁਪਏ ਵੀ ਨਹੀਂ ਮਿਲੇ ਇੱਦਾਂ ਵੀ ਤੂੰ ਖਰਚ ਲਾ, ਹੈ ਵੀ ਨਹੀਂ ਸੀਗਾ ਐਵੇਂ, ਉਹਨਾਂ ਤੋਂ ਝੂਠੇ ਐਵੇਂ ਮੰਗੀ ਜਾਵੇ ਬੰਦਾ, ਜਦ ਚੀਜ਼ ਹੈ ਨਹੀਂ ਤਾਂ ਕਿੱਦਾਂ ਤੁਸੀਂ ਮੰਗੀ ਜਾਓਗੇ? ਉਹ 19 ਸਰਕਾਰੀ ਤਨਖਾਹ ਮੁੱਕ ਜਾਂਦੀ ਸੀ। ਅਤੇ ਜਦੋਂ ਮੇਰੀ ਪਹਿਲੀ ਟੇਪ ਤੋਂ ਬਾਅਦ ਪ੍ਰੋਗਰਾਮ ਲੱਗਣੇ ਸ਼ੁਰੂ ਹੋ ਗਏ, ਫਿਰ ਮੈਂ ਬਸ ਠੀਕ ਹੈ ਕੰਮ ਪੈਸੇ ਹੋਣ ਲੱਗ ਪਏ, ਠੀਕ ਹੋ ਗਿਆ ਮਾਹੌਲ, ਘਰਦੇ ਵੀ ਖੁਸ਼ ਹੋ ਗਏ ਵੀ ਯਾਰ ਇਹ ਠੀਕ ਹੈ ਚੱਲ। ਸੋ ਇਹ ਜਿਹੜਾ ਤੁਹਾਡਾ ਕਰੇਜ਼ ਸੀ ਉਸ ਟਾਈਮ 'ਤੇ, ਯੂ ਨੋ ਦੇ ਵਰ ਆਰਟਿਸਟ ਹੂ ਆਰ ਲਾਈਕ ਯੂ ਨੋ ਐਂਡ ਨਾਈਸ ਲੈਵਲ 'ਤੇ ਸੀ, ਜਿੱਦਾਂ ਰਵਿੰਦਰ ਗੜੇਵਾਲ ਹੋਵੇ ਜਾਂ ਇੰਦਰਜੀਤ ਨਿੱਕੂ ਹੋਵੇ, ਤੁਸੀਂ ਹੋ ਗਏ ਸੀ, ਇਹਨੂੰ ਨਾਈਸ ਜਿੱਦਾਂ ਇੱਕ ਜਿੱਦਾਂ ਨਵਾਂ ਜਨਰੇਸ਼ਨ ਆ ਰਿਹਾ ਸੀ ਆਫ ਆਰਟਿਸਟ। ਇਹ ਮੈਂ ਉਸ ਟਾਈਮ 'ਤੇ ਨੋਟਿਸ ਕੀਤਾ ਸੀ ਕਿ ਓਕੇ ਨਵੇਂ ਆਰਟਿਸਟ ਇੰਡੀਆ ਤੋਂ ਆ ਰਹੇ ਆ, ਯੂ ਨੋ ਸਟਾਈਲ ਥੋੜ੍ਹਾ ਬਹੁਤਾ ਮਿਲਦਾ ਜੁਲਦਾ, ਯੂ ਨੋ ਲੁੱਕ ਵੀ ਥੋੜ੍ਹੀ ਬਹੁਤ ਮਿਲਦੀ, ਯੂ ਨੋ ਰਲਦੀ ਆ। ਉਹਨਾਂ ਦੇ ਵਿੱਚੋਂ ਤੁਸੀਂ ਆ ਜਿਹਨਾਂ ਨੇ ਇੱਕ ਪੈਰ ਅੱਗੇ ਕਰ ਲਿਆ ਕਿ ਮੈਂ ਕੁਛ ਵੱਖਰਾ ਕਰਨਾ ਚਾਹੁੰਦਾ ਹਾਂ, ਮੈਂ ਕੋਈ ਵੱਖਰੇ ਸਟਾਈਲ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦਾ ਹਾਂ। ਯੂ ਨੋ ਯੂ ਸਟਾਰਟਡ ਡੂਇੰਗ ਵਰਕ ਔਨ ਅ ਡਿਫਰੈਂਟ ਸਟਾਰ, ਯੂ ਨੋ ਓਬਵੀਅਸਲੀ ਵਿਦ ਯੋ ਹਨੀ ਸਿੰਘ, ਤੁਸੀਂ ਉਹਨਾਂ ਦਾ ਗੀਤ ਕੀਤੇ ਜਿਹੜੇ ਸੁਪਰ ਹਿੱਟ ਸਮੈਸ਼ ਹੋਏ, ਇਹ ਤੁਸੀਂ ਸੋਚ ਸਮਝ ਕੇ ਕੰਮ ਕੀਤਾ ਸੀ ਕਿ ਯਾਰ ਆਹ ਲੈਵਲ ਪਹੁੰਚ ਗਿਆ ਹੁਣ ਮੇਰਾ ਨੈਕਸਟ ਲੈਵਲ ਕੀ ਹੋਊਗਾ? ਨਹੀਂ ਇੱਦਾਂ ਨਹੀਂ, ਬਸ ਇੱਦਾਂ ਹੀ, ਬਸ ਮੈਨੂੰ ਗਾਣੇ ਸੁਣਨੇ ਅੱਡ ਅੱਡ ਚੰਗੇ ਲੱਗਦੇ ਸੀ, ਕਦੇ ਆਹ ਸੁਣ ਲਿਆ ਆਹ ਸੁਣ ਲਿਆ ਆਹ ਸੁਣ ਲਿਆ, ਅਤੇ ਇੱਦਾਂ ਹੀ ਫਿਰ ਮੈਂ ਹਨੀ ਨੂੰ ਵੀ ਇੱਦਾਂ ਮਿਲੇ। ਅੱਛਾ। ਅਤੇ
ਉਦੋਂ ਉਹ ਵੀ ਇੰਗਲੈਂਡ ਤੋਂ ਸ਼ਾਇਦ ਇੱਥੋਂ ਹੀ ਗਏ ਸੀਗੇ, 3-4 ਸਾਲ ਪਤਾ ਨਹੀਂ ਉਹਨਾਂ ਨੇ ਇੱਥੇ ਲਾਏ ਆ, ਅਤੇ ਉਹ ਫਿਰ ਕਾਫੀ ਗੱਲਾਂ ਉਹਦੇ 'ਚ ਵੀ ਬਹੁਤ ਜ਼ਿਆਦਾ ਐਨਰਜੀ ਬਹੁਤ ਜ਼ਿਆਦਾ ਕੰਮ ਕਰਨ ਦੀ, ਅਤੇ ਜਦੋਂ ਮੈਂ ਉਹਨੂੰ ਮਿਲਿਆ ਤਾਂ ਇੱਕ ਮੇਰੇ ਲਈ ਨਵੀਂ ਚੀਜ਼ ਸੀਗੀ ਪਹਿਲੀ ਵਾਰੀ। ਪਹਿਲਾਂ ਅਸੀਂ ਸਟੂਡੀਓ ਜਾਂਦੇ ਸੀ ਅਤੇ ਸਥਾਈ ਅੰਤਰਾ ਰਿਕਾਰਡ ਕਰਕੇ ਸਟੂਡੀਓ 'ਚੋਂ ਵਾਪਸ ਚਲੇ ਜਾਂਦੇ, ਇੰਨੀ ਇੰਨਾ ਇੱਕ ਮੇਲ ਹੁੰਦਾ ਸੀ ਮਿਊਜ਼ਿਕ ਡਾਇਰੈਕਟਰ ਨਾਲ। ਅੱਛਾ, ਉਹ ਪਹਿਲਾ ਆਰਟਿਸਟ ਦਾ ਮਿਊਜ਼ਿਕ ਡਾਇਰੈਕਟਰ ਸੀਗਾ ਜਿਹਨੇ ਮੈਨੂੰ ਕਿਹਾ ਵੀ ਭਾਅ ਜੀ ਤੁਸੀਂ ਘਰ ਆ ਜਾਓ ਦਿੱਲੀ, ਅਤੇ ਮੈਂ ਦਿੱਲੀ ਗਿਆ ਅਤੇ ਅਸੀਂ 3-4 ਦਿਨ ਕੁਛ ਕੀਤਾ ਨਹੀਂ, ਇੱਦਾਂ ਬਸ ਚਿੱਲ ਹੀ ਕੀਤਾ। ਅਤੇ ਫਿਰ ਅਸੀਂ ਉਹ ਪਹਿਲਾ ਆਰਟਿਸਟ ਸੀ ਜਿਹਦੇ ਨਾਲ ਮੈਂ ਇੰਨਾ ਟਾਈਮ ਸਪੈਂਡ ਕੀਤਾ ਮਿਊਜ਼ਿਕ ਡਾਇਰੈਕਟਰ ਨਾਲ। ਅੱਛਾ, ਇੱਕ ਦੂਜੇ ਬਾਰੇ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਇਹਨਾਂ ਦੀ ਸੋਚ। ਉਹ ਪਹਿਲੀ ਵਾਰੀ ਸੀ ਨਾ, ਮਗਰ ਅਸੀਂ ਮਹੀਨਾ ਰਹੇ। ਅੱਛਾ, ਮੈਂ ਇਹ ਬੜੀ ਹੈਰਾਨ, ਬੜੀ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਇਹ ਕਿੱਦਾਂ ਦਾ ਬੰਦਾ। ਅਤੇ ਇਹ ਮੇਰੀ ਮੇਰੀ ਲਾਈਫ 'ਚ ਪਹਿਲੀ ਵਾਰੀ ਮੈਂ ਐਕਸਪੀਰੀਅੰਸ ਕੀਤਾ ਸੀ ਕਿ ਕਿਸੇ ਮਿਊਜ਼ਿਕ ਆਰਟਿਸਟ ਨਾਲ ਮੈਂ ਇੰਨਾ ਚਿਰ ਰਹਿ ਰਿਹਾ। ਸਿਰਫ ਇਹ ਨਹੀਂ ਕਿ 27 ਰਿਕਾਰਡ ਕੀਤੇ ਅਤੇ ਹੁਣ ਤੂੰ ਜਾ ਅਤੇ ਫਿਰ ਤੇਰਾ ਤੈਨੂੰ ਮਿਊਜ਼ਿਕ ਕਰਕੇ ਦੇ ਦਾਂਗੇ। ਇਹ ਬੌਂਡਿੰਗ ਪਹਿਲੀ ਵਾਰੀ ਹੋਈ ਸੀ। ਇਹ ਤੁਹਾਡੇ ਲਈ ਇਜ਼ ਦਾ ਬੈਟਰ ਫੋਰ ਯੂ? ਹਾਂ, ਬਹੁਤ ਜ਼ਿਆਦਾ। ਤੁਸੀਂ ਇੱਕ ਦੂਜੇ ਨੂੰ ਸਮਝਦੇ ਆ। ਫਿਰ ਕਈ ਵਾਰੀ ਜਿੱਦਾਂ ਮੈਂ ਸੁੱਖੀ ਇੱਥੇ ਸੁੱਖੀ ਭਾਜੀ ਹੋਣਾ ਕੋਲ ਵੀ ਆਇਆ ਅਤੇ ਅਸੀਂ ਬੈਕ ਟੂ ਬੇਸਿਕਸ, ਮੈਂ ਇੱਥੇ ਹੀ ਰਿਹਾ ਘਰ 'ਚ ਅਤੇ ਅਸੀਂ ਮਹੀਨਾ ਡੇਢ ਇੱਥੇ ਹੀ ਐਲਬਮ ਬਣਾਈ। ਮੈਂ 2-3 ਵਾਰ ਵਿਜ਼ਿਟ ਕੀਤੀ, ਮੈਂ ਫਿਰ ਆਇਆ, ਵਿੱਚ 10 ਦਿਨ ਆ ਗਿਆ, ਕਦੇ ਕਿੱਦਾਂ ਆ ਗਿਆ। ਇਹਦੇ ਨਾਲ ਜੇ ਮੈਂ ਕਹਿੰਦਾ ਕਿ ਸੁੱਖੀ ਭਾਜੀ ਨੂੰ ਕਿ ਮੇਰੇ ਕੋਲ ਆਹ ਗਾਣੇ ਆ ਜਾਂ ਤੁਸੀਂ ਮੈਨੂੰ ਇਹਦੀ ਕੰਪੋਜ਼ਿਸ਼ਨ ਬਣਾ ਦਿਉ, ਮੈਂ ਰਿਕਾਰਡ ਕਰਕੇ ਚਲੇ ਜਾਂਦਾ। ਫਿਰ ਅਸੀਂ ਇੱਕ ਦੂਜੇ ਨੂੰ ਸਮਝ ਹੀ ਨਹੀਂ ਸਕਦੇ ਸੀ। ਫਿਰ ਕਈ ਫਿਰ ਟਰੱਕ ਗਾਣਾ ਵੀ ਨਹੀਂ ਸੀ ਬਣਨਾ ਅਤੇ ਚੁੰਨੀ ਵਾਲਾ ਗਾਣਾ ਵੀ ਨਹੀਂ ਸੀ ਬਣਨਾ, ਇਹ ਗਾਣੇ ਬਣਨੇ ਹੀ ਨਹੀਂ ਸੀ। ਉਹ ਤਾਂ ਹੀ ਜਦੋਂ ਤੁਸੀਂ ਇੱਕ ਦੂਜੇ ਨੂੰ ਸਮਝਦੇ ਆ ਉਹ ਫਿਰ ਇੱਦਾਂ। ਵਾਟ ਵਾਸ ਇਟ ਲਾਈਕ ਡੂਇੰਗ ਅ ਡਿਫਰੈਂਟ ਸਟਾਈਲ ਆਫ ਮਿਊਜ਼ਿਕ ਸਪੈਸ਼ਲੀ ਵਿਦ ਹਨੀ, ਬਿਕੋਜ਼ ਫੇਜ਼ 1 ਜਿਹੜਾ ਯੂ ਨੋ ਦਿਲਜੀਤ ਦੋਸਾਂਝ ਹੈ, ਵਾਸ ਯੂ ਨੋ ਨਾਈਸ ਪੰਜਾਬੀ ਮਿਊਜ਼ਿਕ, ਨਾਈਸ ਹੈਪੀ, ਯਾ ਨਾਈਸ ਹੈਪੀ ਮਿਊਜ਼ਿਕ, ਦੈਨ ਯੂ ਸਟਾਰਟ ਡੂਇੰਗ ਮੋਰ ਵੈਸਟਰਨ ਮਿਊਜ਼ਿਕ ਨਾਓ। ਤੁਸੀਂ ਉਹੀ ਗੱਲ ਹੋਏਗੀ, ਯੂ ਕਮ ਬੈਕ ਟੂ ਬੇਸਿਕਸ, ਬੈਕ ਟੂ ਬੇਸਿਕਸ। ਵਾਸ ਇਟ ਲਾਈਕ ਡੂਇੰਗ ਡਿਫਰੈਂਟ ਸਟਾਈਲਸ ਆਫ ਮਿਊਜ਼ਿਕ? ਇਹ ਆਪ ਹੀ ਹੋ ਗਿਆ ਬਾਈ, ਮੈਂ ਕਰਨਾ ਇੱਦਾਂ ਸੋਚਿਆ ਨਹੀਂ ਸੀ ਵੀ ਮੈਂ ਕਰਨਾ ਚਾਹੁੰਦਾ, ਆਪ ਹੀ ਹੋ ਗਿਆ। ਕਈ ਵਾਰੀ ਇੱਦਾਂ ਹੋ ਜਾਂਦਾ ਆ, ਕਈ ਸਟੇਜਿਸ ਆਉਂਦੇ ਆ ਕਿ ਇਸ ਆਰਟਿਸਟ ਨੇ ਜਾਂ ਇਸ ਗਰੁੱਪ ਨੇ ਜਾਂ ਇਸ ਐਲਬਮ ਨੇ ਸਾਰਾ ਕੁਛ ਚੇਂਜ ਕਰਤਾ, ਸਾਰਾ ਹੀ ਮਾਹੌਲ ਹੀ ਚੇਂਜ ਕਰਤਾ। ਬਹੁਤ ਚਿਰ ਬਾਅਦ ਇੱਕ ਐਸੀ ਐਲਬਮ ਆਈ ਜੋ ਸਾਰੀ ਇੰਡਸਟਰੀ ਨੂੰ ਇੱਕ ਤਾਂ ਪਹਿਲਾਂ ਹਿਲਾਤਾ, ਲੋਕਾਂ ਨੂੰ ਮਿਊਜ਼ਿਕ ਦਿੱਤਾ ਜੋ ਇੰਜੋਏ ਕੀਤਾ, ਉਹਨਾਂ ਨੇ ਬਹੁਤ ਹੀ ਪਿਆਰ ਦਿੱਤਾ, ਅਤੇ ਤੀਜੀ ਗੱਲ ਇਹ ਆ ਸਾਰੀ ਇੰਡਸਟਰੀ ਹਿਲਾਤੀ ਕਿ ਸਾਰਿਆਂ ਦੀ ਸੋਚ ਮਿਊਜ਼ਿਕ ਦੇ ਵਿੱਚ, ਮਿਊਜ਼ਿਕ ਕਿੱਦਾਂ ਬਣਾਈਏ, ਕਿੱਦਾਂ ਰਿਕਾਰਡ ਕਰੀਏ, ਕਿੱਦਾਂ ਗਾਈਏ, ਲੋਕਾਂ ਨੂੰ ਕੀ ਚਾਹੀਦਾ। ਇਸ ਐਲਬਮ ਨੇ ਸਾਰਾ ਸਾਰਿਆਂ ਦੇ ਦਿਮਾਗ ਘੁਮਾ ਦਿੰਦਾ ਉਸ ਬੈਕ ਟੂ ਬੇਸਿਕਸ। ਤੁਸੀਂ ਕਦੀ ਸੋਚਿਆ ਸੀ ਕਿ ਇਸ ਐਲਬਮ ਜਿਹੜੇ ਇਹ ਗੀਤ ਤੁਸੀਂ ਰਿਕਾਰਡ ਕੀਤੇ ਸੀ ਸੁੱਖੀ ਦੇ ਨਾਲ, ਟਰੂ ਸਕੂਲ ਦੇ ਨਾਲ, ਸਾਰੀ ਟੀਮ ਦੇ ਨਾਲ, ਤੁਸੀਂ ਕਦੀ ਸੋਚਿਆ ਸੀ ਕਿ ਇੱਕ ਤਾਂ ਚਲੋ ਸੁਪਰ ਹਿੱਟ ਹੋ ਗਏ ਪਰ ਇੰਨਾ ਇੰਨਾ ਫਰਕ ਪਊਗਾ ਇੰਡਸਟਰੀ ਨੂੰ? ਮੈਂ ਤਾਂ ਸੋਚਿਆ ਨਹੀਂ ਸੀ ਭਾਅ ਜੀ, ਉਹ ਮੇਰਾ ਬਹੁਤ ਲੋਅ ਟਾਈਮ ਸੀ ਲਾਈਫ ਦਾ। ਕਿਉਂ? ਜਿੰਨੇ ਵੀ ਗੱਲ ਕਰਨੀ ਵੀ ਠੀਕ ਆ, ਉਦੋਂ ਠੀਕ ਇਹਦਾ ਚੱਲਦਾ ਨਹੀਂ ਸੀ ਠੀਕ ਮਾਹੌਲ, ਅਤੇ ਫਿਰ ਮੈਂ ਇੱਥੇ ਆਇਆ ਸੁੱਖੀ ਭਾਈ ਉਹਨਾਂ ਕੋਲ, ਅਤੇ ਫਿਰ ਅਸੀਂ ਇੱਥੇ ਟੇਪ ਬਣੀ, ਉਹ ਵਧੀਆ ਟਾਈਮ ਸੀ। ਉਦੋਂ ਬਾਅਦ ਵਧੀਆ ਟਾਈਮ ਸਟਾਰਟ ਹੋਇਆ, ਕਹਿ ਰਹੇ ਕਿ ਮਾਹੌਲ ਠੀਕ ਨਹੀਂ ਸੀ, ਤੁਸੀਂ ਯੂ ਨੋ ਸ਼ਾਇਦ ਘਰ ਬਹਿ ਕੇ ਤੁਸੀਂ ਸੋਚੇ ਯਾਰ ਮੈਂ ਹੁਣ ਕੀ ਕਰਾਂ, ਕਿੱਦਾਂ ਕਰੀਏ, ਕੀ ਕਰੀਏ, ਕੀ ਨਾ ਕਰੀਏ, ਇਹ ਗੱਲਾਂ ਯੂ ਨੋ ਦਿਮਾਗ 'ਚ ਘੁੰਮਦੀਆਂ ਹੁੰਦੀਆਂ, ਨੋਟ ਜਸਟ ਆਰਟਿਸਟ ਪਰ ਯੂ ਨੋ ਨੋਰਮਲ ਬੰਦੇ ਲਾਈਫ ਦੇ ਵਿੱਚ ਇਹ ਵੀ ਸੋਚੇ ਯਾਰ ਉਹੀ ਨੌਕਰੀ ਮੁੜ ਮੁੜ ਕੇ ਕਰੀ ਜਾਂਦਾ, ਕੀ ਕਰੀਏ। ਤੁਸੀਂ ਇਹ ਜਿਹੜਾ ਇਹ ਪ੍ਰੋਸੈਸ ਆ ਕਿ ਆਪਾਂ ਕੁਛ ਵੱਖਰਾ ਕਰੀਏ ਜਾਂ ਮੈਨੂੰ ਕੁਛ ਕਰਨਾ ਪੈਣਾ, ਇਹ ਕਿੱਥੋਂ ਸ਼ੁਰੂ ਹੋਇਆ ਸੀ? ਜਿਹੜੀ ਤੁਸੀਂ ਰੀਸਰਚ ਕੀਤੀ ਜਾਂ ਕੋਈ ਗਾਣੇ ਸੁਣੇ, ਇਹ ਕਿਵੇਂ ਹੋਇਆ ਸੀ? ਸੁੱਖੀ ਭਾਈ ਉਹਨਾਂ ਦਾ ਮਿਊਜ਼ਿਕ ਅਸੀਂ ਸੁਣਦੇ, ਹਨੀ ਸਿੰਘ ਵੀ ਸੁਣਦਾ ਹੁੰਦਾ ਸੀ,
ਤੇ ਅਸੀਂ ਸਾਰੇ ਜਣੇ ਉਦੋਂ ਸੁਣਦੇ ਹੁੰਦੇ ਸੀ ਗਾਣੇ ਅਤੇ ਗੱਲਾਂ ਵੀ ਕਰਦੇ ਹੁੰਦੇ ਸੀ ਅਤੇ ਭਾਅ ਜੀ ਨੂੰ ਮੈਂ ਮਿਲਿਆ ਨਹੀਂ ਸੀ ਕਦੇ ਵੀ ਅਤੇ ਕਿਉਂਕਿ ਹਰਮੀ ਭਾਅ ਜੀ ਇੱਥੇ ਰਹਿੰਦੇ ਆ ਇੱਕ ਦੋ ਵਾਰ ਗੱਲ ਹੋਈ ਸੀਗੀ ਅਤੇ ਫਿਰ ਮੈਨੂੰ ਉਹਦਾ ਪੁੱਛਿਆ ਭਾਅ ਜੀ ਨੇ ਕਿ ਤੂੰ ਟਰਾਈ ਕੀਤੀ ਆ ਕੰਮ ਕਰਨ ਦੀ ਉਦੋਂ ਮੈਂ ਸੋਚਦਾ ਸੀ ਪਰ ਮੈਂ ਟਰਾਈ ਨਹੀਂ ਸੀ ਕੀਤੀ ਮੈਂ ਕਿਹਾ ਨਹੀਂ ਮੈਂ ਤਾਂ ਨਹੀਂ ਮੈਸੇਜ ਕੀਤਾ ਅਤੇ ਉਹ ਫੇਕ ਮੈਸੇਜ ਕਿਸੇ ਦਾ ਹੈ ਨਹੀਂ ਅਤੇ ਉਹ ਫਿਰ ਜਿੱਦਾਂ ਆਰਾ ਨੂੰ ਮਹਾਰਾਜ ਦੀ ਮਰਜ਼ੀ ਉਹ ਜਿੱਦਾਂ ਫੇਕ ਮੈਸੇਜ ਮੇਰੇ ਦਿਮਾਗ 'ਚ ਵੀ ਪੈ ਗਿਆ ਅੱਛਾ ਕੀਤਾ ਤਾਂ ਕਿਸੇ ਨੇ ਫੇਕ ਮੈਸੇਜ ਸੀ ਪਰ ਉਹ ਮੇਰੇ ਦਿਮਾਗ 'ਚ ਵੀ ਫੀਡ ਹੋ ਗਿਆ ਜਿੱਦਾਂ ਸਬਕੋਨਸ਼ੀਅਸ ਮਾਇੰਡ ਕਹਿੰਦੇ ਨਾ ਹਾਂਜੀ ਉਹ ਇੱਦਾਂ ਫੀਡ ਹੋ ਗਈ ਚੀਜ਼ ਅਤੇ ਇੱਦਾਂ ਮੈਂ ਸਰਚ ਕਰੀ ਜਾਂਦਾ ਮੈਂ ਕਿੱਥੋਂ ਐਲਬਮ ਕਰਾਉਣੀ ਕਿੱਥੋਂ ਕਰਾਉਣੀ ਉਦੋਂ ਹੈ ਨਾ ਅਤੇ ਮੈਂ ਅਰਲੀ ਇਨ ਦਾ ਮੋਰਨਿੰਗ ਉਦੋਂ ਉੱਠਿਆ ਅਤੇ ਸਵੇਰ ਨੂੰ ਵਧੀਆ ਹੀ ਹੁੰਦਾ ਟਾਈਮ ਮਹਾਰਾਜ ਦਾ ਟਾਈਮ ਹੁੰਦਾ ਅਤੇ ਜੱਟ ਐਂਡ ਜੂਲੀਅਟ ਦਾ ਆਈਡੀਆ ਵੀ ਮੈਨੂੰ ਸਵੇਰੇ ਉੱਠ ਕੇ ਆਇਆ ਸੀ ਉਹ ਵੀ ਠੀਕ ਸੀ ਅਤੇ ਅਸੀਂ ਮੈਂ ਉੱਠੇ ਅਤੇ ਉਦੋਂ ਮੈਂ ਗਾਣੇ ਲਾ ਲਿਆ ਯੂਟਿਊਬ 'ਤੇ ਅਤੇ ਫਿਰ ਮੈਂ ਸੁੱਖੀ ਭਾਅ ਜੀ ਦੇ ਗਾਣੇ ਫਿਰ ਚੱਕ ਦੇਣਗੇ ਗਾਣਾ ਆ ਗਿਆ ਮੇਰਾ ਬ੍ਰਦਰ ਕੋਲ ਬੈਠਾ ਸੀ ਮੈਂ ਕਿਹਾ ਦੈਟਸ ਇਟ ਫਾਈਨਲ ਹੋ ਗਿਆ ਅੱਛਾ ਟਰੂ ਸਕੂਲ ਸੁਖਜੀਤ ਸਿੰਘ ਔਲਖ ਇਹ ਬੰਦਾ ਮਿਊਜ਼ਿਕ ਕਰੂਗਾ ਹੋਰ ਨਹੀਂ ਹੁਣ ਅਗਲੀ ਐਲਬਮ ਉਦੋਂ ਹੀ ਬਣੂਗੀ ਫਿਰ ਮੈਂ ਭਾਅ ਜੀ ਨੂੰ ਬਹੁਤ ਟਰੇਸ ਕੀਤਾ ਅਤੇ ਭਾਅ ਜੀ ਕਹਿੰਦੇ ਸਿੰਗਲ ਕਰ ਲਓ ਮੈਂ ਕਿਹਾ ਨਾ ਜੀ ਸਿੰਗਲ ਨਹੀਂ ਕਰਨਾ ਅਤੇ ਟੇਪ ਕਰਨੀ ਸਾਰੀ ਨਾ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਹੈ ਜਿਹੜੇ ਨਾਲ ਹੀ ਬੈਠਾ ਹੋਇਆ ਕਈ ਵਾਰੀ ਜਦੋਂ ਹੈ ਨਾ ਬੰਦਾ ਪਹਿਲੀ ਵਾਰੀ ਇਹਦੇ ਨਾਲ ਗੱਲ ਕਰਦਾ ਟਰੂ ਸਕੂਲ ਦੇ ਨਾਲ ਕਈ ਵਾਰੀ ਪਤਾ ਨਹੀਂ ਹੁੰਦਾ ਯਾਰ ਇਹ ਮੇਰੇ ਨਾਲ ਗੁੱਸੇ ਆ ਜਾਂ ਠੀਕ ਆ ਜਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਇਹ ਬੰਦਾ ਬਹੁਤ ਇੰਟੈਂਸ ਆ ਹੋ ਸਕਦਾ ਅਤੇ ਜਦੋਂ ਤੁਸੀਂ ਪਹਿਲੀ ਵਾਰੀ ਉਹਦੇ ਨਾਲ ਗੱਲ ਕੀਤੀ ਉਹ ਸਾਡੇ ਮੇਰੇ ਸਾਡੇ ਆਪਣੇ ਇੱਦਾਂ ਦੇ ਕਈ ਬੰਦੇ ਆ ਅੱਛਾ ਫਿਰ ਠੀਕ ਆ ਫਿਰ ਠੀਕ ਆ ਕੁਲਦੀਪ ਭਾਈ ਆ ਸਾਡੇ ਮੈਨੇਜਰ ਅੱਛਾ ਉਹ ਬਹੁਤ ਚੰਗੇ ਦਿਲ ਦੇ ਬਹੁਤ ਚੰਗੇ ਆ ਪਰ ਗੱਲ ਐਂ ਕਰਨ ਜਿਵੇਂ ਲੜਦਾ ਹੁੰਦਾ ਅਤੇ ਇਹ ਮੇਰੇ ਲਈ ਐਕਸਪੀਰੀਅੰਸ ਨਵਾਂ ਨਹੀਂ ਸੀ ਓਕੇ ਹਾਂ ਅਤੇ ਕਈ ਵਾਰੀ ਮੈਨੂੰ ਡਰ ਲੱਗਦਾ ਹੁੰਦਾ ਜਿਹੜੇ ਇੰਟਲੈਕਚੁਅਲ ਜਿਹੇ ਲੋਕ ਹੁੰਦੇ ਨਾ ਉਹਨਾਂ ਤੋਂ ਮੈਨੂੰ ਬਹੁਤ ਡਰ ਲੱਗਦਾ ਉਹ ਸੋਚ ਸਮਝ ਕੇ ਗੱਲ ਪਤਾ ਨਹੀਂ ਮੈਨੂੰ ਐਂ ਲੱਗਦਾ ਵੀ ਇਹ ਤੰਗ ਕਰੂੰਗਾ ਸੋ ਤੁਸੀਂ ਇਹਨਾਂ ਗੱਲ ਕੀਤੀ ਗਈ ਸਿੰਗਲ ਕਰਨ ਕਹਿੰਦੇ ਸਿੰਗਲ ਕਰ ਲਵਾਂਗੇ ਤੁਸੀਂ ਕਹਿੰਦੇ ਨਾ ਮੈਂ ਕਿਹਾ ਨਹੀਂ ਜੀ ਟੇਪ ਕਰਨਾ ਫਿਰ ਨਾ ਟੇਪ ਕਰਾਂਗੇ ਭਾਅ ਜੀ ਅਤੇ ਭਾਅ ਜੀ ਕਹਿੰਦੇ ਵੀ ਪਤਾ ਨਹੀਂ ਮੈਂ ਨਹੀਂ ਸ਼ਾਇਦ ਟਾਈਮ ਹੈ ਨਹੀਂ ਮੈਂ ਫਿਰ ਇੱਕ ਵਾਰ ਮੈਂ ਕਿਹਾ ਦਲਜੀਤ ਸਿੰਘ ਕਰਨਾ ਤਾਂ ਇੱਥੇ ਹੀ ਆ ਓਕੇ ਨਹੀਂ ਤਾਂ ਫਿਰ ਹਰ ਮਤਲਬ ਹੋਰ ਆਪਸ਼ਨ ਨਹੀਂ ਸੀ ਕੋਈ ਵੀ ਦਿਮਾਗ 'ਚ ਮਤਲਬ ਕੋਈ ਵੀ ਆਪਸ਼ਨ ਨਹੀਂ ਸੀ ਅਤੇ ਜਿੱਦਾਂ ਮੈਂ ਚਾਹੁੰਦਾ ਸੋਚਦਾ ਸੀ ਐਲਬਮ ਬਾਰੇ ਇੱਦਾਂ ਦੀ ਐਲਬਮ ਕਰਨੀ ਕੋਈ ਹੋਰ ਆਪਸ਼ਨ ਦਿਮਾਗ 'ਚ ਆਵੇ ਨਾ ਫਿਰ ਮੈਂ ਫਿਰ ਟਰਾਈ ਕੀਤਾ ਫਿਰ ਗੱਲ ਨਾਈਸਲੀ ਹੋਈ ਪਰ ਸਾਡੀ ਦਾ ਟੇਪ ਦੀ ਫਾਈਨਲ ਨਹੀਂ ਹੋਈ ਫਿਰ ਧਾਮੀ ਐਂਟਰ ਹੋਇਆ ਅਮਰਜੀਤ ਸਿੰਘ ਧਾਮੀ ਅੱਛਾ ਹਾਂ ਉਹਦੇ ਨਾਲ ਵੀ ਮੇਰੀ ਗੱਲ ਹੋਈ ਅਤੇ ਧਾਮੀ ਨੇ ਮੇਰੇ ਨਾਲ ਗੱਲ ਕੀਤੀ ਸੀ ਦੋਨਾਂ ਨੇ ਗੱਲ ਕੀਤੀ ਫਿਰ ਮੈਨੂੰ ਪਤਾ ਲੱਗਾ ਵੀ ਅੱਛਾ ਭਾਅ ਜੀ ਹੁਣੀ ਸਿਖਾਉਂਦੇ ਵੀ ਆ ਇੱਥੇ ਕਲਾਸਿਸ ਵੀ ਚੱਲਦੀਆਂ ਹੈ ਨਾ ਸੋ ਹੌਲੀ 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 ਫਿਰ ਪਤਾ ਨਹੀਂ ਕਿੱਦਾਂ ਮਤਲਬ ਪਰ ਮੈਨੂੰ ਇੱਦਾਂ ਲੱਗਦਾ ਹੀ ਸੀ ਜਦੋਂ ਮੈਂ ਪਹਿਲੀ ਵਾਰੀ ਫੋਨ ਕੀਤਾ ਸੀ ਕਿ ਟੇਪ ਤਾਂ ਹੋਊਗੀ ਅੱਛਾ ਹਾਂ ਇਹ ਤਾਂ ਮੈਨੂੰ ਲੱਗਦਾ ਸੀ ਥੋੜ੍ਹਾ ਟਾਈਮ ਲੱਗੂਗਾ ਫਿਰ ਹੋ ਜਾਣੀ ਹੈ ਵੈਸੇ ਮੈਂ ਉੱਦਾਂ ਕਾਲਾ ਹਾਂ ਮੈਨੂੰ ਜਿੱਦਾਂ ਕਾਲ ਪੈ ਜਾਂਦੀ ਕੋਈ ਚੀਜ਼ ਨਾ ਹੁੰਦੀ ਹੋਵੇ ਪਰ ਪਤਾ ਨਹੀਂ ਯਾਰਾਂ ਨੂੰ ਇਹ ਮੈਨੂੰ ਇੱਦਾਂ ਲੱਗਦਾ ਸੀ ਵੀ ਟੇਪ ਹੋਊਗੀ ਹਾਂਜੀ ਫਿਰ ਬਟ ਸਾਡਾ ਗੈਪ ਬਹੁਤ ਸੀ ਫਿਰ ਇੱਕ ਹੋਰ ਇੰਟਰਸਟਿੰਗ ਗੱਲ ਮੈਨੂੰ ਇੱਥੋਂ UK ਤੋਂ ਵੀ ਪੰਜਾਬ ਕਈ ਬੰਦਿਆਂ ਨੇ ਕਿਹਾ ਕਹਿੰਦੇ ਤੂੰ ਉੱਥੇ ਟੇਪ ਨਹੀਂ ਕਰ ਸਕਦਾ ਅੱਛਾ ਕਿਉਂ ਮੈਨੂੰ ਕਹਿੰਦੇ ਵੀ ਤੇਰੀ ਬਾਣੀ ਨਹੀਂ ਤੁਸੀਂ ਲੜ ਪੈਣਾ ਅਤੇ ਤੂੰ ਟੇਪ ਨਹੀਂ ਕਰ ਸਕਦਾ ਉੱਥੇ ਇਹ ਮੈਂ ਹੁਣ ਚਲੋ ਨਾਂ ਨਹੀਂ ਲੈਣੇ ਪਰ ਵਧੀਆ ਕੰਪਨੀਆਂ ਦੇ ਸਾਰੇ ਬੰਦਿਆਂ ਨੇ ਮੈਨੂੰ ਕਿਹਾ ਹੈ ਕਹਿੰਦੇ ਤੂੰ ਕਰ ਨਹੀਂ ਸਕਦਾ ਅੱਛਾ ਮੈਂ ਕਿਹਾ ਇੱਦਾਂ ਤਾਂ ਨਹੀਂ ਹੋ ਸਕਦੀ ਵੀ ਮੈਂ ਨਹੀਂ ਕਰ ਸਕਦਾ ਹੈ ਨਾ ਅਤੇ ਫਿਰ ਉਹੀ ਗੱਲ ਹੋਈ ਵੀ ਆਪਾਂ ਤਾਂ ਟੇਪ ਸਟਾਰਟ ਕਰਤੀ ਸੀ ਅਤੇ ਕੰਪਨੀਜ਼ ਤਾਂ ਬਾਅਦ 'ਚ ਐਂਟਰ ਹੋਈਆਂ ਬਾਕੀ ਜਿਹਨੂੰ ਪਰ ਆਪਾਂ ਤਾਂ ਕੰਮ ਟੇਪ ਸਟਾਰਟ ਕਰਤੀ ਸੀ ਔਰ ਮੈਂ ਰਿਕਾਰਡ ਕਰਦਾ ਭਾਈ ਦਾ ਲਾਈਕ ਬਿਗ ਬ੍ਰਦਰ ਜਿਹੜੀ ਗੱਲ ਹੈਗੀ ਉਹ ਕਮ ਸੇ ਕਮ ਤੁਹਾਡੇ ਸਾਹਮਣੇ ਆ ਤੁਹਾਡੇ ਪਿੰਡ ਵਿੱਚ ਨਹੀਂ ਹੈਗੀ ਨਹੀਂ ਸਹੀ ਗੱਲ ਇਹ ਵੀ ਗੱਲ ਹੈ ਕਿਉਂਕਿ ਤੁਸੀਂ ਕਹਿ ਰਹੇ ਕਿ ਕੋਈ ਕੰਪਨੀ ਨਹੀਂ ਸੀ ਕੋਈ ਮੈਨੇਜਮੈਂਟ ਦੀ ਕੋਈ ਗੱਲ ਨਹੀਂ ਸੀ ਕੋਈ ਪ੍ਰੈਸ਼ਰ ਨਹੀਂ ਸੀ ਕੋਈ ਟਾਈਮ ਨਹੀਂ ਸੀ ਹਾਂ ਹਾਂ ਸਿੱਧੀ ਗੱਲ ਤਾਂ ਹੀ ਕਰਕੇ ਇੰਨਾ ਤੁਸੀਂ ਸ਼ਾਇਦ ਯੂ ਨਾ ਖੁਸ਼ ਦਿਲ ਹੋ ਕੇ ਐਲਬਮ ਕੀਤੀ ਤਾਂ ਹੀ ਕਰਕੇ ਚੱਲੀ ਆ ਯੂ ਨਾ ਇੱਦਾਂ ਦੀਆਂ ਗੱਲਾਂ ਹਾਂ ਇੱਦਾਂ ਨਹੀਂ ਸੀ ਵੀ ਕੋਈ ਮੈਨੂੰ ਕੰਪਨੀ ਵਾਲੇ ਲੈ ਕੇ ਆਏ ਅਤੇ ਅਸੀਂ ਬਿਜ਼ਨਸ ਡੀਲ ਕੀਤੀ ਟੇਬਲ 'ਤੇ ਬਹਿ ਕੇ ਕੁਛ ਇੱਦਾਂ ਦਾ ਨਹੀਂ ਸੀ ਸਾਡਾ ਐਸ ਏ ਮਿਊਜ਼ਿਕ ਬੰਦਾ ਮਾਇਸੈਲਫ ਆਈ ਲਾਈਕ ਟੂ ਹੇਅਰ ਸਟੋਰੀਜ਼ ਯੂ ਨਾ ਜਦੋਂ ਤੁਸੀਂ ਇੱਥੇ ਡਰਬੀ ਦੇ ਵਿੱਚ ਬੈਠੇ ਹਾਂ ਰਿਕੋਰਡਿੰਗ ਬੈਕ ਟੂ ਬੇਸਿਕਸ ਮਾਹੌਲ ਕਿੱਦਾਂ ਦਾ ਸੀ ਤੁਸੀਂ ਗਾਣਿਆਂ ਦੀ ਸਿਲੈਕਸ਼ਨ ਦੇ ਵਿੱਚ ਜਾਂ ਆਪਸ ਵਿੱਚ ਦੇ ਜਾਂ ਸਿੰਗਿੰਗ ਦੇ ਵਿੱਚ ਡਾਇਰੈਕਸ਼ਨ ਦੇ ਵਿੱਚ
ਤੁਹਾਡੇ ਸੋਚ ਸੀ, ਸੁਖੀ ਦੇ ਸੋਚ ਸੀ, ਮਾਹੌਲ ਕਿੱਦਾਂ ਸੀ? ਬਹੁਤ ਵਧੀਆ ਮੇਰੇ ਲਈ। ਮੈਂ ਸਵੇਰੇ ਵੀ ਅਸੀਂ ਗੱਲ ਕਰਦੇ ਸੀ ਅੱਜ, ਮੇਰੀ ਲਾਈਫ ਦਾ ਸਭ ਤੋਂ ਵਧੀਆ ਟਾਈਮ ਸੀ ਉਹ, ਮੇਰੀ ਲਾਈਫ ਦਾ ਸਭ ਤੋਂ ਵਧੀਆ ਟਾਈਮ। ਮੈਂ ਇੱਥੇ ਪੈਰਾਂ ਦਾ ਘਰ, ਇੱਥੋਂ ਮੈਂ ਆਉਂਦਾ ਹੁੰਦਾ ਪੈਦਲ ਤੁਰ ਕੇ ਹੀ, ਅਤੇ ਫਿਰ ਮੇਰੇ ਦੀਦੀ ਹੁਣੀ ਰਹਿੰਦੇ ਉੱਥੇ ਲੈਂਕੈਸਟਰ, ਅਤੇ ਫਿਰ ਮੈਂ ਟ੍ਰੇਨ ਫੜ ਕੇ ਜਾਂਦਾ ਹੁੰਦਾ ਸੀ ਇਕੱਲਾ ਹੀ, ਅਤੇ ਨਾਲੇ ਇੱਥੋਂ ਸੁੱਖੀ ਭਾਈ ਹੋਣਾ ਨੇ ਕਈ ਵਾਰੀ ਕੰਪੋਜ਼ਿਸ਼ਨ, ਜਿੱਦਾਂ ਟਰੱਕ ਦੀ ਕੰਪੋਜ਼ਿਸ਼ਨ ਭਾਈ ਹੋਣਾ ਨੇ ਬਣਾ ਕੇ ਦਿੱਤੀ ਸੀ ਮੈਨੂੰ, ਫਿਰ ਮੈਂ ਉਹ ਇੱਦਾਂ ਰਾਹ 'ਚ ਗਾਉਂਦੇ ਹੀ ਜਾਣਾ ਟ੍ਰੇਨ 'ਚ, ਅਤੇ ਗੋਰੇ ਬੈਠੇ ਹੁੰਦੇ ਆਸੇ ਪਾਸੇ, ਉਹਨਾਂ ਨੂੰ ਕੀ ਲੈਣ ਦੇਣ, ਅਤੇ ਪਰ ਮੈਂ ਇੱਦਾਂ ਖੁਸ਼ ਹੋ ਜਾਣਾ ਆਪਣੇ ਆਪ 'ਚ, ਇੱਦਾਂ ਮੈਨੂੰ ਉੱਦਾਂ ਬਹੁਤ ਗੁੱਡ ਫੀਲ ਆਉਂਦੀ ਸੀ। ਜੇ ਮੈਨੂੰ ਕਹੇ ਕਿ ਦੁਬਾਰਾ ਤੂੰ ਕਿਹੜਾ ਟਾਈਮ ਚਾਹੁੰਦਾ, ਤਾਂ ਮੈਂ ਕਹੂੰਗਾ ਕਿ ਉਹ ਪੀਰੀਅਡ ਜਦੋਂ ਮੈਂ ਬੈਕ ਟੂ ਬੇਸਿਕ ਐਲਬਮ ਤਿਆਰ ਕੀਤੀ ਨਾ, ਅਤੇ ਮਹੀਨਾ ਕੁ ਇੱਦਾਂ ਦਾ, ਉਹ ਮਹੀਨਾ ਉਦੋਂ ਪਹਿਲਾਂ ਵਾਲਾ ਨਹੀਂ, ਉਦੋਂ ਬਾਅਦ ਵਾਲੇ, ਉਹ ਮਹੀਨਾ ਕਿੱਦਾਂ ਨਾ, ਉਹ ਬੜਾ ਵਧੀਆ ਟਾਈਮ ਸੀ ਭਾਅ ਜੀ। ਹਾਂ ਮੇਰੇ ਲਈ ਬਹੁਤ ਬਹੁਤ ਵਧੀਆ ਟਾਈਮ ਸੀ ਉਹ ਲਾਈਫ ਦਾ, ਔਰ ਕਈ ਚੀਜ਼ਾਂ ਨਵੀਆਂ ਸਿੱਖੀਆਂ। ਜਦ ਭਾਅ ਜੀ ਉਹਨਾਂ ਨੇ ਕੰਪੋਜ਼ਿਸ਼ਨ ਜਿਹੜੀ ਬਣਾਈ ਟਰੱਕ ਦੀ, ਉਹ ਮੈਂ ਪਹਿਲਾਂ ਕਦੇ ਗਾਇਆ ਨਹੀਂ ਸਿੱਧਾ ਦਾ ਗਾਣਾ, ਪਰ ਮੈਨੂੰ ਪਸੰਦ ਸੀ ਸੁਣਨਾ। ਉਸ ਗੀਤ ਦਾ ਆਈਡੀਆ ਕਿਹਦਾ ਸੀ? ਮੈਂ ਗਾਣਾ ਲੈ ਕੇ ਆਇਆ ਸੀ ਟਰੱਕ, ਬਟ ਉਹਦੀ ਕੰਪੋਜ਼ਿਸ਼ਨ ਇੱਦਾਂ ਨਹੀਂ ਸੀ। ਅੱਛਾ, ਉਹ ਮਤਲਬ 80 ਟੈਂਪੋ ਸੀ ਉਹਦਾ। ਹਾਂ, ਅਤੇ ਉਹ ਵੀ ਬੀਟ ਵੀ ਹੋਰ ਸੀਗੀ, ਕੰਪੋਜ਼ਿਸ਼ਨ ਵੀ ਹੋਰ ਸੀ, ਕਿਉਂਕਿ ਉਹ ਸਟੈਂਡਰਡ ਜਿੱਦਾਂ ਹੁਣ ਜਿਹੜਾ ਸਟੈਂਡਰਡ ਸਟਾਈਲ ਹੁੰਦਾ ਸਿੱਧਾ। ਅਤੇ ਬਟ ਫਿਰ ਜੇ ਭਾਅ ਜੀ ਕਹਿੰਦੇ ਜੇ ਟਰੱਕ ਵਾਲਾ ਗਾਣਾ ਆ, ਫਿਰ ਇਹਨੂੰ ਉੱਦਾਂ ਹੀ ਬਣਾਉਂਦੇ ਆ ਪੁਰਾਣੇ ਸਟਾਈਲ 'ਚ ਜਿੱਦਾਂ ਹੁੰਦੇ ਸੀ। ਅੱਛਾ, ਮੈਂ ਕਿਹਾ ਇਹ ਸੋਚੀ ਨਹੀਂ ਗੱਲ ਕਦੇ, ਇਹ ਹੋ ਸਕਦਾ ਹੈ, ਮੈਨੂੰ ਬਿਲੀਵ ਨਹੀਂ ਸੀ। ਅਤੇ ਫਿਰ ਜਦੋਂ ਕੰਪੋਜ਼ਿਸ਼ਨ ਬਣੀ, ਅਤੇ ਫਿਰ ਮੈਂ ਬਹੁਤ ਖੁਸ਼ ਸੀ। ਅੱਛਾ, ਹਾਂਜੀ ਹਾਂਜੀ, ਮੈਂ ਇਹ ਤਾਂ ਕਮਾਲ ਹੋ ਗਿਆ। ਫਿਰ ਮੈਂ ਇੱਦਾਂ ਟ੍ਰੇਨ 'ਚ ਗਾਉਂਦਾ ਜਾਂਦਾ ਹੁੰਦਾ ਸੀ, ਇੱਥੋਂ ਡਰਬੀ ਤੋਂ ਲੈਂਕੈਸਟਰ, ਫਿਰ ਲੈਂਕੈਸਟਰ ਤੋਂ ਇੱਦਾਂ ਡਰਬੀ ਟ੍ਰੇਨ 'ਤੇ ਜਦੋਂ ਆਉਣਾ, ਮੇਰੇ ਲਈ ਤਾਂ ਬਹੁਤ ਵੱਡੀ ਗੱਲ ਸੀ, ਮੈਂ ਕਦੇ ਇੱਦਾਂ ਗਾਇਆ ਹੀ ਨਹੀਂ ਸੀ। ਅਤੇ ਔਰ ਚਲੋ ਸਾਡਾ ਮੇਰਾ ਸਾਡਾ ਆਪਣਾ ਗਾਣਾ, ਪਰ ਜੇ ਕਿਸੇ ਦਾ ਵੀ ਹੁੰਦਾ ਤਾਂ ਮੈਨੂੰ ਲੱਗਣਾ ਸੀ ਵੀ ਆਹ ਤਾਂ ਬਹੁਤ ਵਧੀਆ ਕੰਮ ਕੀਤਾ ਕਦੇ। ਅਤੇ ਗਾਣੇ ਦੀ ਸਿਲੈਕਸ਼ਨ ਤੁਸੀਂ ਆਪ ਕਰਦੇ ਹੁੰਦੇ ਆ, ਜਾਂ ਤੁਸੀਂ ਭਾਅ ਜੀ ਨਾਲ ਬਹਿ ਕੇ ਸਿਲੈਕਸ਼ਨ ਦਿਖਾਲਦੇ ਆ, ਜਾਂ ਉਹ ਗਾਣੇ ਦੀ ਭਾਅ ਜੀ ਨੂੰ ਕੰਪੋਜ਼ਿਸ਼ਨ ਦਾ ਜ਼ਿਆਦਾ ਹੁੰਦਾ ਕਿ ਕੰਪੋਜ਼ਿਸ਼ਨ ਵਧੀਆ, ਅਤੇ ਵਿੱਚ ਬੋਲ ਭਾਈ ਕਹਿੰਦੇ ਵਿੱਚ ਚੱਲ ਠੀਕ ਆ ਤੂੰ ਤੈਨੂੰ ਠੀਕ ਲੱਗਦੇ ਓਕੇ ਆ, ਕੰਪੋਜ਼ਿਸ਼ਨ ਵਧੀਆ ਹੋਣੀ ਚਾਹੀਦੀ ਆ। ਅਤੇ ਭੈਰਵੀ ਰਾਗ ਭਾਈ ਦਾ ਪਸੰਦੀਦਾ ਰਾਗ ਆ, ਅਤੇ ਉਹ ਗਾਣਾ ਭੈਰਵੀ 'ਚ ਹੋ ਸਕਦਾ, ਅਤੇ ਕੰਪੋਜ਼ਿਸ਼ਨ ਅਤੇ ਉਹ 'ਚ ਜਿਹੜੀ ਪਾਵਰ ਆ ਉਹ ਵਧੀਆ ਹੋਣੀ ਚਾਹੀਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਭਾਅ ਜੀ ਨੂੰ ਜਿਹੜੀਆਂ ਪਸੰਦ ਆ। ਆਈ ਰਿਮੈਂਬਰ ਜਦੋਂ ਖੜਕੂ ਦਾ ਜਿਹੜਾ ਵੀਡੀਓ ਲਾਂਚ ਹੋਇਆ, ਅਤੇ ਮੈਂ ਥੋੜ੍ਹੀ ਉਸ ਅਮੇਜ਼ਿੰਗ ਸੌਂਗ, ਮੈਂ ਗਾਣਾ ਬਹੁਤ ਵਧੀਆ ਆ। ਜਦੋਂ ਮੈਂ DJ ਕਰਦਾ ਹੁੰਦਾ ਹਾਂ, ਲੋਕ ਰਿਕੁਐਸਟ ਕਰਨ ਲੱਗ ਪੈਂਦੇ, ਚਲੋ ਠੀਕ ਆ। ਨਾਲ ਦੀ ਨਾਲ ਓਬਵੀਅਸਲੀ ਜਿਹੜਾ ਮੇਰਾ ਕੰਮ ਹੁੰਦਾ ਜ਼ਿਆਦਾ ਪੰਜਾਬੀਆਂ ਦਾ ਹੁੰਦਾ ਹੈ, ਜਾਂ ਵਿਆਹ ਸ਼ਾਦੀਆਂ ਦਾ, ਚਲੋ ਠੀਕ ਹੈ। ਜਦੋਂ ਮੈਂ ਇੱਕ ਬੋਲੀਵੁੱਡ ਨਾਈਟ ਕਲੱਬ 'ਚ DJ ਕਰਨ ਗਿਆ, ਜਦੋਂ ਮੈਨੂੰ ਰਿਕੁਐਸਟ ਆਉਣ ਲੱਗ ਪਈਆਂ ਖੜਕੂ ਲਈ ਬੋਲੀਵੁੱਡ ਨਾਈਟ 'ਤੇ, ਮੈਂ ਸੋਚਿਆ ਮੈਂ ਕਦੀ ਇਸ ਦਿਨ ਨਹੀਂ ਸੋਚਿਆ ਆਊਗਾ, ਕਹਿੰਦਾ ਐਨ ਠੇਠ ਪੰਜਾਬੀ ਗੀਤ ਦੀ ਰਿਕੁਐਸਟ ਆਊਗੀ ਬੋਲੀਵੁੱਡ ਨਾਈਟ 'ਤੇ। ਇੰਨਾ ਲੋਕਾਂ ਨੇ ਪਿਆਰ ਦਿੱਤਾ ਸੀ, ਇੰਨਾ ਲੋਕਾਂ ਨੇ ਇੰਜੋਏ ਕੀਤਾ ਉਸ ਗੀਤ ਨੂੰ। ਅਤੇ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਗੀਤ ਆ, ਜਿੱਦਾਂ ਹੁਣ ਸਟ੍ਰੋਬਰੀ ਗੀਤ ਆ, ਬਿਨਾਂ ਵੀਡੀਓ ਤੋਂ ਲੋਕ ਲਾ ਰਹੇ ਆ। ਉਹਦੀ ਵੀਡੀਓ ਬਣਾਈ ਸੀ, ਵਧੀਆ ਨਹੀਂ ਬਣੀ, ਫਿਰ ਮੈਂ ਕੱਢੀ ਬੈਕ ਟੂ ਬੇਸਿਕ ਦੀਆਂ ਸਾਰੀਆਂ ਗਾਣਿਆਂ ਦੀ ਵੀਡੀਓ ਬਣਨੀ ਚਾਹੀਦੀ ਸੀ, ਅਤੇ ਪਰ ਉਦੋਂ ਬਣਾਈ ਸੀ ਮੈਂ। ਬਾਕੀ ਫਿਰ ਮੈਂ ਕਿਹਾ ਯਾਰ ਇੰਨੀ ਵਧੀਆ ਵੀਡੀਓ ਆਈਆਂ ਪਹਿਲਾਂ, ਜੇ ਮਾੜੀ ਵੀਡੀਓ ਨਹੀਂ ਕੱਢਣੀ ਚਾਹੇ ਨਾ ਹੀ ਆਵੇ, ਕੁਆਲਿਟੀ ਕੰਟਰੋਲ ਰੱਖਣੀ ਵੀ ਚਾਹੀਦੀ। ਹਾਂ, ਅਤੇ ਉਹ ਮੈਂ ਬਣਾਇਆ ਸੀ, ਪੈਸਾ ਪੂਸਾ ਵੀ ਖਰਚਿਆ ਸੀ ਉੱਤੇ, ਕੈਨੇਡਾ ਸ਼ੂਟ ਕੀਤੀ ਸੀ। ਅੱਛਾ, ਕਿਸੇ ਗੋਰੇ ਨੇ ਕੀਤੀ ਸੀ, ਉਹਨੂੰ ਫਿਰ ਮੇਰੀ ਗੱਲ ਹੀ ਨਹੀਂ ਸਮਝ ਆਈ, ਉਹਨੇ ਕੁਛ ਹੋਰ ਹੀ ਬਣਾਇਆ। ਆਪਣੇ 'ਚ ਤੋਂ ਤਾਂ ਮੈਂ ਜਿੱਦਾਂ ਵਧੀਆ ਕਰਨ ਦੀ ਟਰਾਈ ਕੀਤੀ ਸੀ, ਪਰ ਬਣੀ ਨਹੀਂ ਗੱਲ। ਤੁਹਾਡਾ ਫੇਵਰੇਟ ਗੀਤ ਹੈ ਉਸ ਐਲਬਮ ਦੇ ਵਿੱਚੋਂ? ਟਰੱਕ ਹੀ ਆ, ਟਰੱਕ ਹੋਰ ਦੱਸ ਦੋ ਵਨ, ਮਤਲਬ ਉਹ ਅਨਐਕਸਪੈਕਟਡ ਆ ਗੱਲ, ਟਰੱਕ ਅਨਐਕਸਪੈਕਟਡ ਆ। ਭੰਗੜੇ ਬੀਟ ਵਾਲੇ ਗਾਣੇ ਤਾਂ ਮੇਰੇ ਹਿੱਟ ਹੋਏ ਪਹਿਲਾਂ ਵੀ, ਪਰ ਉਹ ਤਾਂ ਮਤਲਬ ਮੈਨੂੰ ਆਰਾ ਨੂੰ, ਜਿੱਦਾਂ ਮੈਂ ਕਹਾਂ ਕਿ ਬਾਕੀਆਂ ਨੂੰ ਕਿਸੇ ਨੇ ਨੱਚਣਾ, ਉਹਨਾਂ ਨੂੰ ਖਾੜਕੂ ਸੌਂਗ ਪਸੰਦ ਆ, ਜਾਂ ਹੋਰ ਰੇਡੀਓ 'ਤੇ ਡਾਂਸ ਕਰ ਸਕਦੇ ਆ, ਮੈਂ ਵੀ ਜੇ ਨੱਚਣਾ ਹੋਵੇ ਮੈਂ ਨੱਚ ਸਕਦਾ, ਪਰ ਟਰੱਕ ਅਨਐਕਸਪੈਕਟਡ ਸੀ ਉਹ, ਸ਼ਾਇਦ ਪਤਾ ਨਹੀਂ ਦੁਬਾਰਾ ਬਣੇ ਨਾ ਬਣੇ ਤਾਂ। ਅਤੇ ਉਸ ਐਲਬਮ ਦੇ ਵਿੱਚੋਂ ਕਮਾਲ ਦੀ ਗੱਲ ਇਹ ਆ ਕਿ ਇੱਕ ਤਾਂ ਤੁਹਾਡਾ ਜਿਹੜਾ ਕਰੀਅਰ ਆ ਸਕਾਈ ਰੋਕਿਟ ਹੋ ਗਿਆ, ਅਤੇ ਨਾਲ ਦੇ ਨਾਲ ਜਿਹੜਾ ਸਾਰਾ ਹੀ ਪੰਜਾਬੀ ਮਿਊਜ਼ਿਕ ਦਾ ਸੀਨ ਆ ਉਹ ਵੀ ਚੇਂਜ ਹੋ ਗਿਆ। ਜੇ ਅਸੀਂ ਤੁਹਾਡੇ ਬਾਰੇ ਗੱਲ ਕਰੀਏ, ਪਹਿਲਾਂ
ਫਿਲਮਾਂ ਦੇ ਰੋਲ ਆਉਣ ਲੱਗ ਪਏ ਹੋਰ ਅਤੇ ਯੂ ਨੋ ਰੀਲੀ ਗੁੱਡ ਰੋਲਸ ਤੁਸੀਂ ਕੋਈ ਜਾਂ ਡਰਾਮਾ ਸਟੱਡੀਜ਼ ਕੀਤੇ ਸੀ ਯੂ ਨੋ ਸਕੂਲੇ ਫਿਲਮ ਦਾ ਕੋਈ ਕਹਿੰਦਾ ਕੋਈ ਸਟੱਡੀ ਨਹੀਂ ਕੀਤੀ ਭਾਈ ਅਤੇ ਜਦੋਂ ਫਿਰ ਰੋਲ ਤੁਹਾਨੂੰ ਆਉਣ ਲੱਗ ਪਏ ਜਦੋਂ ਪਹਿਲਾ ਰੋਲ ਤੁਹਾਨੂੰ ਆਇਆ ਕਿ ਯਾਰ ਤੁਹਾਨੂੰ ਮੌਕਾ ਮਿਲ ਰਿਹਾ ਫਿਲਮ 'ਚ ਸਟਾਰ ਕਰਨ ਲਈ ਤੁਹਾਡੇ ਦਿਮਾਗ ਦੇ ਵਿੱਚ ਕੀ ਘੁੰਮਣ ਲੱਗ ਪਿਆ ਸੀ ਜਦੋਂ ਮੈਨੂੰ ਪਹਿਲੀ ਦਾ ਫਿਲਮ ਮਿਲੀ ਤਾਂ ਮੈਨੂੰ ਇਹ ਸੀ ਵੀ ਮੈਨੂੰ ਕਰ ਲੈਣੀ ਚਾਹੀਦੀ ਹੈ ਮੇਰੇ ਤੋਂ ਤਾਂ ਇੰਨੇ ਪੈਸੇ ਹੈ ਨਹੀਂ ਮੇਰੇ ਤੋਂ ਤਾਂ ਬਣਨੀ ਨਹੀਂ ਨਾ ਹੀ ਸਪੋਰਟ ਹੈ ਨਹੀਂ ਕੋਈ ਅਤੇ ਫਿਰ ਮੈਂ ਕਿਹਾ ਵੀ ਜੋ ਮਿਲਦਾ ਵਾ ਕਰ ਲਓ ਇੱਦਾਂ ਕਰ ਲਈ ਭਾਅ ਜੀ ਫਿਰ ਬਸ ਫਰਕ ਕੀ ਆ ਜਿਹੜੇ ਡਿਸਪਲਿਨ ਫਿਲਮ ਬਣਾਉਣ ਦੇ ਵਿੱਚ ਹੋਣੇ ਚਾਹੀਦੇ ਅਤੇ ਜਿਹੜਾ ਮਿਊਜ਼ਿਕ ਦੇ ਵਿੱਚ ਜਿਹੜਾ ਡਿਸਪਲਿਨ ਆ ਫਰਕ ਲਾਈਕ ਜਿੱਦਾਂ ਅਸੀਂ ਐਲਬਮ ਕੀਤੀ ਅਤੇ ਮੈਂ ਹੋਰ ਵੀ ਗਾਣੇ ਲੈ ਕੇ ਆਇਆ ਸੀ ਆਰ ਐਨ ਬੀ ਸੌਂਗ ਵੀ ਸੀਗਾ ਆਪਣੇ ਜਿੱਥੋਂ ਦਾ ਜਿਵੇਂ ਪੋਹ ਦੀ ਰਾਤ ਟੀ ਐਲ ਨੇ ਕੀਤਾ ਮਿਊਜ਼ਿਕ ਅਤੇ ਸੁੱਖੀ ਭਾਈ ਕਹਿੰਦੇ ਵੀ ਆਹ ਮੈਂ ਨਹੀਂ ਕਰਨਾ ਓਕੇ ਵੀ ਇੱਦਾਂ ਦੇ ਗਾਣੇ ਮੈਂ ਕਰਦਾ ਨਹੀਂ ਮੈਂ ਕਿਹਾ ਮੈਨੂੰ ਇੱਕ ਇੱਦਾਂ ਦਾ ਗਾਣਾ ਚਾਹੀਦਾ ਇੱਕ ਅਸੀਂ ਹੋਰ ਵੀ ਬਣਾਇਆ ਸੀ ਉਹ ਵੀ ਪਾਇਆ ਨਹੀਂ ਟੇਪ 'ਚ ਗਾਣਾ ਅਤੇ ਇਹ ਮਤਲਬ ਕਲੀਅਰ ਆ ਗੱਲ ਭਾਈ ਦੀ ਕਿ ਆਹ ਮੈਂ ਕਰਨਾ ਆਹ ਨਹੀਂ ਕਰਨਾ ਫਿਲਮ 'ਚ ਇੱਦਾਂ ਹੁੰਦਾ ਕਿ ਉਹਦੇ ਮਿਊਜ਼ਿਕ 'ਚ ਤੁਹਾਨੂੰ ਸਾਰਿਆਂ ਤਰ੍ਹਾਂ ਹਰ ਤਰ੍ਹਾਂ ਦਾ ਕਰਨਾ ਹੀ ਪੈਣਾ ਚਾਹੇ ਤੁਸੀਂ ਤੁਹਾਨੂੰ ਉਹ ਪਸੰਦ ਆ ਚਾਹੇ ਉਹ ਨਹੀਂ ਪਸੰਦ ਕਿਉਂਕਿ ਸਿਚੁਏਸ਼ਨ ਆ ਗਈ ਹਾਂਜੀ ਅਤੇ ਡਾਇਰੈਕਟਰ ਚਾਹੁੰਦਾ ਮੈਂ ਇੱਦਾਂ ਇਹਨੂੰ ਸ਼ੂਟ ਕਰਨਾ ਉਹ ਤੁਹਾਡੀ ਪਸੰਦ ਨਹੀਂ ਹੈਗੀ ਉਹ ਤਾਂ ਤੁਹਾਨੂੰ ਕਰਨਾ ਪੈਣਾ ਉਹ ਤੁਸੀਂ ਇਹ ਦੇਖੋ ਕਿ ਹੁਣ ਤੁਸੀਂ ਉਹ 'ਚ ਬੈਸਟ ਕੀ ਕਰ ਸਕਦੇ ਅੱਛਾ ਬਸ ਇਹ ਮਿਊਜ਼ਿਕ 'ਚ ਤਾਂ ਮੈਨੂੰ ਆਹ ਫਰਕ ਲੱਗਦਾ ਐਲਬਮ ਦਾ ਫਿਰ ਬੰਦਾ ਆਪਣੀ ਪ੍ਰੋਪਰ ਖੁਸ਼ੀ ਨਾਲ ਬਣਾਉਂਦਾ ਤੁਸੀਂ ਕੀ ਸਿੱਖਿਆ ਐਜ਼ ਐਨ ਐਕਟਰ ਬਿਕੋਜ਼ ਇਟਸ ਕੰਪਲੀਟਲੀ ਡਿਫਰੈਂਟ ਵਰਲਡ ਹੈ ਜਿਹੜਾ ਪੰਜਾਬੀ ਸਿਨੇਮਾ ਇਸ ਵੇਲੇ ਬਹੁਤ ਉੱਚੀ ਸਟੇਜ 'ਤੇ ਆ ਰਹੇ ਆ ਬਹੁਤ ਨਾਈਸ ਸਟੇਜ 'ਤੇ ਪਹੁੰਚੇ ਆ ਤੁਸੀਂ ਕੀ ਕੁਛ ਸਿੱਖਿਆ ਯੂ ਨੋ ਟੂ ਬਿਕਮ ਐਨ ਐਕਟਰ ਮੈਂ ਸਿਰਫ ਇੰਨਾ ਹੀ ਸਿੱਖਿਆ ਭਾਅ ਜੀ ਕਿ ਤੁਸੀਂ ਨੋਰਮਲ ਰਹੋ ਬਸ ਸਭ ਤੋਂ ਔਖਾ ਨੋਰਮਲ ਰਹਿਣਾ ਹੀ ਆ ਜੇ ਕਿਸੇ ਦੀ ਮੋਬਾਈਲ ਤੋਂ ਵੀ ਤੁਸੀਂ ਫੋਟੋ ਖਿੱਚਣ ਲੱਗ ਪੈਂਦੇ ਨਾ ਬੰਦਾ ਕੌਨਸ਼ੀਅਸ ਹੋ ਕੇ ਮੂੰਹ ਬਣਾ ਲੈਂਦਾ ਇੱਦਾਂ ਵੀ ਓਕੇ ਮੇਰੀ ਹੁਣ ਫੋਟੋ ਹੋਣ ਲੱਗੀ ਆ ਮੈਂ ਹੁਣ ਟਰਾਈ ਕਰਾਂ ਕਿ ਮੈਂ ਹੁਣ ਠੀਕ ਲੱਗਾ ਬਸ ਉੱਥੇ ਕੰਮ ਖਰਾਬ ਹੋ ਜਾਂਦਾ ਸਟਾਰ ਪੋਣਾ ਤੁਹਾਡੇ ਵਿੱਚ ਹੈ ਹੀ ਨਹੀਂ ਇਹ ਦੇਖ ਲਿਆ ਆਨੈਸਟਲੀ ਜ਼ੀਰੋ ਸਟਾਰ ਪੋਣਾ ਯੂ ਨੋ ਮੈਂ ਤਾਂ ਖੁਦ ਦੇਖਿਆ ਕਿ ਜਦੋਂ ਬੰਦਾ ਕੋਈ ਲੈਵਲ 'ਤੇ ਪਹੁੰਚ ਜਾਂਦਾ ਆ ਥੋੜ੍ਹਾ ਡਿਸਟੈਂਸ ਰੱਖਦੇ ਆ ਕਿ ਮੈਨੂੰ ਥੋੜ੍ਹਾ ਬਹੁਤਾ ਰੱਖਣਾ ਪੈਂਦਾ ਆ ਤੁਸੀਂ ਆਪਣੇ ਪੈਰ ਧਰਤੀ 'ਤੇ ਹਲੇ ਵੀ ਰੱਖੇ ਆ ਇਹ ਬੰਦੇ ਦੇ ਧਰਤੀ 'ਤੇ ਹੁੰਦੇ ਭਾਈ ਆਈ ਲਵ ਯੂ ਨੋ ਜਿਹੜੀ ਆਹ ਇੰਡਸਟਰੀ ਆ ਹੋ ਜਾਂਦਾ ਆ ਇਹ ਕਈ ਵਾਰੀ ਮੈਨੂੰ ਲੱਗਦਾ ਬੰਦੇ ਦਾ ਕਸੂਰ ਨਹੀਂ ਹੁੰਦਾ ਇਹ ਪਤਾ ਨਹੀਂ ਆਲਾ ਦੁਆਲਾ ਇੱਦਾਂ ਕਰ ਦਿੰਦਾ ਪਤਾ ਨਹੀਂ ਫਿਰ ਕੁਦਰਤ ਬਹੁਤ ਬਲਵਾਨ ਹੈ ਅਤੇ ਜੇ ਉਹ ਇੱਦਾਂ ਨਾ ਕਰੇ ਫਿਰ ਦੂਜੇ ਦੀ ਵਾਰੀ ਨਹੀਂ ਆਉਣੀ ਹੈ ਇੱਕ ਇੱਦਾਂ ਕਰੂੰਗਾ ਤਾਂ ਹੀ ਫਿਰ ਦੂਜੇ ਬੰਦੇ ਦੀ ਵਾਰੀ ਤਾਂ ਹੀ ਆਊਗੀ ਅਤੇ ਇਹ ਕੁਦਰਤ ਹੀ ਆ ਬੇਸਿਕਲੀ ਸਾਰੀ ਬੰਦਾ ਨਹੀਂ ਮਾੜਾ ਹੁੰਦਾ ਸੋ ਇਸ ਵੇਲੇ ਇਨ ਯੋਰ ਲਾਈਫ ਸਿੰਗਲਸ ਬਣਾ ਰਹੇ ਹਾਂ ਚੱਲਦੇ ਆ ਫਿਲਮਾਂ ਬਣਾ ਰਹੇ ਚੱਲਦੇ ਆ ਇੰਨਾ ਪਿਆਰ ਮਿਲ ਰਿਹਾ ਆ ਐਵਰੀਥਿੰਗ ਇਜ਼ ਗੋਇੰਗ ਵੈਲ ਹੁਣ ਹਾਊ ਡੂ ਯੂ ਫੀਲ ਨਾਓ ਲਾਈਫ ਦੇ ਵਿੱਚ ਹੈਪੀ ਬਿਜ਼ੀ ਸਟ੍ਰੈਸਡ ਤੁਸੀਂ ਤੁਹਾਡਾ ਮਾਨ ਹੁਣ ਕਿਵੇਂ ਇਸ ਵੇਲੇ 2016 ਦਿਲਜੀਤ ਦੋਸਾਂਝ ਤਾਂ ਖੁਸ਼ ਤਾਂ ਚਲੋ ਹੁੰਦਾ ਨਹੀਂ ਬੰਦਾ ਕਦੇ ਵੀ ਅਤੇ ਜਦੋਂ ਤੁਸੀਂ ਖੁਸ਼ ਹੋ ਗਏ ਸੈਟਿਸਫਾਈ ਹੋ ਗਏ ਫਿਰ ਤਾਂ ਉਹ ਤਾਂ ਸੰਤ ਮਹਾਂਪੁਰਸ਼ ਹੀ ਹੋ ਸਕਦੇ ਆ ਫਿਰ ਤਾਂ ਬੰਦਾ ਰੱਬ ਦੇ ਨੇੜੇ ਚੱਲ ਜਾਂਦਾ ਅਤੇ ਜਾਂ ਬੰਦਾ ਮਰ ਜਾਂਦਾ ਉਦੋਂ ਬੰਦਾ ਸੈਟਿਸਫਾਈ ਹੋ ਗਿਆ ਚਲੋ ਜੀ ਖਤਮ ਪੂਰਾ ਹੋ ਗਿਆ ਸੋ ਇੱਦਾਂ ਤਾਂ ਹੈ ਨਹੀਂ ਅਤੇ ਇਹ ਰੋਜ਼ ਹੀ ਡਰ ਲੱਗਾ ਰਹਿੰਦਾ ਰੋਜ਼ ਹੀ ਇੱਦਾਂ ਕੁਛ ਹੋਰ ਕਰ ਲਈਏ ਹੁਣ ਕੀ ਕਰ ਲਈਏ ਹੁਣ ਇੱਦਾਂ ਕਿੱਦਾਂ ਹੋ ਸਕਦਾ ਹਾਲਾਂਕਿ ਮੈਂ ਸੁੱਖੀ ਭਾਈ ਨਾਲ ਵੀ ਗੱਲ ਕੀਤੀ ਉਹ ਦੱਸਦੇ ਹੀ ਕਹਿੰਦੇ ਵੀ ਇੱਦਾਂ ਚਾਹੀਦੀ ਨਹੀਂ ਵੈਸੇ ਮਨ ਜਿੱਤੇ ਜਗ ਜੀਤ ਪਰ ਇਹ ਇੱਦਾਂ ਹੁੰਦਾ ਨਹੀਂ ਸੌਖਾ ਨਹੀਂ ਹੈਗਾ ਅਤੇ ਉਹ ਜਿਹੜੀਆਂ ਬੰਦੇ ਦੀਆਂ ਇੱਛਾਵਾਂ ਉਹ ਵੱਧਦੀਆਂ ਜਾਂਦੀਆਂ ਹੁਣ ਆਹ ਕਰ ਲਈਏ ਆਹ ਕਰ ਲਈਏ ਆਹ ਕਰ ਲਈਏ ਜਿੱਦਾਂ ਪਹਿਲਾਂ 100 ਰੁਪਏ ਹੁੰਦੇ ਆ ਤਾਂ ਉਨਾ ਖਰਚਾ ਹੁੰਦਾ ਬੰਦੇ ਦਾ 200 ਰੁਪਏ ਹੁੰਦੇ ਉਨਾ ਖਰਚਾ ਹੋਏ ਵੱਧ ਜਾਂਦਾ ਬੰਦੇ ਦਾ ਖਰਚਾ ਹੈ ਨਾ ਜੀ ਉੱਥੇ ਗੱਲ ਉੱਥੇ ਹੀ ਰਹਿੰਦੀ ਫਿਰ ਅਗਾਂਹ ਦੇਖੀ ਜਾਂਦਾ ਬੰਦਾ ਸਿਆਣਿਆਂ ਤੋਂ ਲੈ ਕੇ ਤੁਹਾਡੇ ਗਾਣਿਆਂ 'ਤੇ ਯੂ ਨੋ ਇੰਨਾ ਇੰਜੋਏ ਕਰਦੇ ਇੰਨਾ ਪਸੰਦ ਕਰਦੇ ਬੱਚੇ ਛੋਟੇ ਛੋਟੇ ਬੱਚੇ ਵੀ ਹੁਣ ਤਾਂ ਤੁਸੀਂ ਦੇਖ ਲਿਆ ਆਈ ਨੋ ਯੂ ਬਟ ਯੋਰ ਲਾਈਕ ਤੁਸੀਂ ਹੁਣ ਕਹਿਣ ਯਾਰ ਮੈਨੂੰ ਨਹੀਂ ਪਤਾ ਜਾਂ ਯੂ ਨੋ ਆਈ ਡਿਡਨਟ ਥਿੰਕ ਮੈਂ ਪਰ ਹੁਣ ਤੁਹਾਡੇ ਅੱਖਾਂ ਦੇ ਮੂਹਰੇ ਆ ਰਹੇ ਜਦੋਂ ਤੁਸੀਂ ਪ੍ਰੋਗਰਾਮ ਲਾ ਰਹੇ ਆ ਕਿ 70-80 ਈਅਰ ਓਲਡ ਜਿਹੜੇ ਸਾਡੇ ਬਜ਼ੁਰਗ ਆ ਉਹ ਵੀ ਤੁਹਾਨੂੰ ਪਿਆਰ ਦੇ ਰਹੇ ਤੁਹਾਡੇ ਗਾਣੇ ਪਸੰਦ ਕਰਦੇ ਨੱਚਦੇ ਆ ਅਤੇ 3-4 ਸਾਲ ਦੇ ਨਿਆਣੇ ਆ ਉਹ ਵੀ ਸੁਣਦੇ ਆ ਉਹ ਵੀ ਨੱਚਦੇ ਆ ਦਮ ਸਪੀਡ ਗ੍ਰੇਟ ਹਾਂਜੀ ਕੁਦਰਤ ਹੀ ਆ ਇਹ ਕੁਦਰਤ ਜਦੋਂ ਖੁਸ਼ ਹੋ ਜਾਂਦੀ ਆ
ਤੁਹਾਡੇ ਤੇ ਖੁਸ਼ ਆ ਉਦੋਂ ਸਾਰਾ ਕੁਝ ਠੀਕ ਲੱਗਦਾ ਹੁੰਦਾ, ਜਦੋਂ ਕੁਦਰਤ ਨੂੰ ਥੋੜਾ ਜਿਹਾ ਫਿਰ ਬੰਦਾ ਕਹਿੰਦਾ ਯਾਰ ਮੈਂ ਤਾਂ ਸਾਡਾ ਉਹੀ ਕੁਛ ਕਰੀ ਜਾਂਦਾ, ਗੱਲ ਤਾਂ ਬਣ ਨਹੀਂ ਰਹੀ। ਸੋ ਮੈਨੂੰ ਲੱਗਦਾ ਕੁਦਰਤ ਹੀ ਹੈ, ਕੁਦਰਤ ਇੱਦਾਂ ਖੁਸ਼ ਆ ਤਾਂ ਸਾਰਾ ਕੁਝ ਵਧੀਆ ਲੱਗਦਾ। ਅਤੇ ਨਾਲ ਦੇ ਨਾਲ ਤੁਸੀਂ ਜਿੱਦਾਂ ਕਲਚਰਲ ਪੰਜਾਬੀ ਕਲਚਰਲ ਵਾਲੇ ਗੀਤ ਵੀ ਕਰ ਰਹੇ ਹਾਂ, ਜਾਂ ਭਗਤ ਸਿੰਘ ਵਾਲੇ, ਜਾਂ ਧਾਰਮਿਕ ਪ੍ਰੋਜੈਕਟਸ ਵੀ ਕਰ ਰਹੇ ਨੇ, ਇਹ ਇਹ ਤੁਹਾਡੇ ਲਾਈਫ ਦੇ ਵਿੱਚ ਤੁਸੀਂ ਇਹ ਇਹ ਸੋਚਿਆ ਕਿ ਇਹ ਕੰਮ ਨੂੰ ਇਹ ਵੀ ਮੈਨੂੰ ਜ਼ਰੂਰੀ ਕਰਨਾ ਚਾਹੀਦਾ ਆ? ਹਾਂ, ਬੰਦਾ ਕੌਣ ਹੁੰਦਾ ਕਹਿੰਦਾ ਕਰਨ ਵਾਲਾ। ਵੈਸੇ ਇੱਦਾਂ ਮੈਂ ਤਾਂ ਸੋਚਿਆ ਕਿ ਲੜਾਈ ਵਾਲੇ ਗਾਣੇ ਨਹੀਂ ਗਾਉਣੇ, ਉਹ ਮੇਰਾ ਪਹਿਲੇ ਇੱਕ ਗਾਣਾ ਕੀਤਾ ਪਿਆ ਸੀ ਜੱਟ ਫੈਰ ਕਰਦਾ, ਉਹ ਪਤਾ ਨਹੀਂ ਲੀਕ ਹੋ ਗਿਆ, ਉਹ ਆ ਗਿਆ, ਅਤੇ ਉਹ ਫਿਰ ਉਹ ਵੀ ਲੋਕ ਪਸੰਦ ਕਰਨ ਲੱਗ। ਫਿਰ ਮੈਂ ਇੱਦਾਂ ਸੋਚਿਆ ਵੀ ਮੈਂ ਕੌਣ ਹੁੰਦਾ, ਮੈਂ ਇੱਦਾਂ ਕਹਿ ਦੇਵਾਂ ਕਿ ਮੈਂ ਹੁਣ ਇੱਦਾਂ ਨਹੀਂ ਕਰਨਾ, ਵੀ ਜਿਹੜਾ ਪਹਿਲਾਂ ਕੀਤਾ ਉਹ ਕਿਹੜਾ ਮੈਂ ਆਪ ਕੀਤਾ। ਸੋ ਇੱਦਾਂ ਦਾ ਬੰਦਾ ਕਹਿ ਨਹੀਂ ਸਕਦਾ ਕਿ ਮੈਂ ਹੁਣ ਇੱਦਾਂ ਨਹੀਂ ਕਰਨਾ ਬਈ। ਮੈਨੂੰ ਲੱਗਦਾ ਇੱਥੇ ਫਿਰ ਮੈਨੂੰ ਤਾਂ ਛੇਤੀ ਸਬਕ ਮਿਲ ਜਾਂਦਾ ਹੁੰਦਾ, ਕੁਦਰਤ ਦੀ ਦੱਸ ਦਿੰਦੀ ਕਿ ਪਹਿਲਾਂ ਵੀ ਜੋ ਹੋ ਰਿਹਾ ਸੀ ਉਹ ਤੂੰ ਨਹੀਂ ਸੀ ਕੀਤਾ, ਅਤੇ ਇਹ ਵੀ ਹੁਣ ਤੂੰ ਨਹੀਂ ਕੀਤਾ। ਇਹ ਮੈਂ ਜਸਟ ਇੱਕ ਇਗਜ਼ੈਂਪਲ ਦਿੱਤੀ ਕਿ ਵੀ ਜਿੱਦਾਂ ਕਹਿੰਦੇ ਕਿ ਮੈਂ ਧਾਰਮਿਕ ਪ੍ਰੋਜੈਕਟ, ਉਹ ਵੀ ਕੁਦਰਤ ਆਪ ਹੀ ਕਰਾ ਲੈਂਦੀ ਹੈ, ਜੇ ਬੰਦਾ ਕਹੇ ਮੈਂ ਇੱਦਾਂ ਕਰ ਦੇਣਾ ਉਦਾਂ ਹੁੰਦਾ ਨਹੀਂ। ਮਿਊਜ਼ਿਕਲੀ ਆਰ ਯੂ ਫੁੱਲੀ ਇਨ ਕੰਟਰੋਲ ਕਿ ਕਿੱਦਾਂ ਦੇ ਗਾਣੇ ਰਿਲੀਜ਼ ਕਰਨੇ ਆ, ਕੀ ਰਿਲੀਜ਼ ਕਰਨਾ, ਕੀ ਨਹੀਂ ਰਿਲੀਜ਼ ਕਰਨਾ, ਲੋਕ ਕੀ ਪਸੰਦ ਕਰ, ਲੋਕ ਕੀ ਚਾਹੁੰਦੇ ਆ? ਓਬਵੀਅਸਲੀ ਤੁਸੀਂ ਐਲਬਮ ਸਿਰਫ ਆਪਣੇ ਲਈ ਸੁਣ ਲਈ ਤਾਂ ਨਹੀਂ ਬਣਾ ਰਿਹਾ ਗਾਣਾ, ਤਾਂ ਉਹ ਲੋਕਾਂ ਨੇ ਸੁਣਨਾ। ਸੋ ਉਹ ਸਭ ਤੋਂ ਪਹਿਲਾਂ ਧਿਆਨ ਉਹੀ ਰੱਖਣਾ ਪੈਂਦਾ ਕਿ ਹਰ ਦੋ ਸਾਲ, ਛੇ ਮਹੀਨੇ, ਇੱਕ ਸਾਲ ਬਾਅਦ ਚੇਂਜ ਹੋ ਜਾਂਦਾ ਕੰਮ, ਮਿਊਜ਼ਿਕ ਸਟਾਈਲ, ਗਾਣੇ ਦੇ ਵਿਸ਼ੇ ਜਿਹੜੇ ਸਬਜੈਕਟ ਉਹ ਚੇਂਜ ਹੋ ਜਾਂਦੇ ਆ। ਸੋ ਧਿਆਨ ਤਾਂ ਰੱਖਣਾ ਪੈਂਦਾ। ਦ ਵਨ ਲਾਸਟ ਥਿੰਗ ਜੋ ਮੈਂ ਤੁਹਾਡੇ ਬਾਰੇ ਪੁੱਛਣਾ ਚਾਹੁੰਦਾ ਹਾਂ ਕਿ ਆਈ ਵੁੱਡ ਸੇ ਜਦੋਂ ਲੋਕਾਂ ਨੇ ਨੈਕਸਟ ਈਅਰ 5 ਸਾਲ ਬਾਅਦ, 10-20 ਸਾਲ ਬਾਅਦ ਉਹਨਾਂ ਨੇ ਪੁੱਛਿਆ ਯਾਰ 2015 ਦੇ ਵਿੱਚ ਸਭ ਤੋਂ ਵਧੀਆ ਟਰੈਕ ਕਿਹੜਾ ਸੀ, ਸਾਰਿਆਂ ਨੇ ਇਹੀ ਕਹਿਣਾ ਕੀ ਬਣੂ ਦੁਨੀਆ ਦਾ। ਹੋਏ ਹੋਏ, ਮੈਂ ਆਲ ਸੇ ਨਾਓ, ਜਦੋਂ ਮੈਂ ਪਹਿਲੀ ਵਾਰੀ ਗਾਣਾ ਸੁਣਿਆ ਮੇਰੇ ਕੋਲ ਲਫਜ਼ ਹੈ ਹੀ ਨਹੀਂ ਜਿੰਨਾ ਪਿਆਰ ਮੈਂ ਪਰਸਨਲੀ ਉਸ ਗੀਤ ਨੂੰ ਕਰ ਰਿਹਾ ਹਾਂ, ਬਿਕੋਜ਼ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡਾ ਹੀਰੋ ਹੁੰਦਾ ਸੀ ਜਾਂ ਕੁਲਦੀਪ ਮਾਨਕ ਜੀ ਜਾਂ ਗੁਰਦਾਸ ਮਾਨ ਜੇ ਮੈਂ ਆਪਣੀ ਗੱਲ ਕਰਾਂ, ਆਈ ਵਾਜ਼ਨਟ ਰੀਅਲੀ ਅ ਕੁਲਦੀਪ ਮਾਨਕ ਫੈਨ, ਮੈਂ ਗੁਰਦਾਸ ਮਾਨ ਜੀ ਦਾ ਫੈਨ ਸੀ। ਅਤੇ ਵੇਅਰ ਵਰ ਯੂ, ਤੁਸੀਂ ਕਿੱਥੇ ਸੀ ਜਦੋਂ ਉਹ ਗੱਲ ਸ਼ੁਰੂ ਹੋਈ ਜਾਂ ਕੋਈ ਫੋਨ ਆਇਆ ਕਿ ਦਲਜੀਤ ਗੱਲ ਇੱਦਾਂ ਆ, ਆਪਾਂ ਚਾਂਸ ਆ ਆਪਾਂ ਗੁਰਦਾਸ ਮਾਨ ਜੀ ਦੇ ਨਾਲ ਇੱਕ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਗੀਤ ਗਾ ਲਿਆ, ਕਿੱਥੇ ਸੀ ਉਸ? ਮੈਂ ਬੰਬੇ ਸੀ। ਅੱਛਾ। ਅਤੇ ਜੱਗੀ ਹੈ ਮੁੰਡਾ, ਉਹ ਐੱਮ ਟੀ ਵੀ 'ਚ ਕੰਮ ਕਰਦਾ, ਉਹਦਾ ਮੈਨੂੰ ਕਾਲ ਆਇਆ ਕਿ ਪਹਿਲਾਂ ਵੀ ਕਾਲ ਆਏ ਸੀ ਉਹਦੇ ਕਿ ਕੋਕ ਸਟੂਡੀਓ ਲਈ ਗਾਣਾ ਕਰਨਾ, ਤਾਂ ਕਿਉਂਕਿ ਉਹ ਵੀ ਬਹੁਤ ਵੱਡੀ ਗੱਲ ਹੈ ਜਿਹੜਾ ਆਰਟਿਸਟ ਕੋਕ ਸਟੂਡੀਓ ਦੇ ਵਿੱਚ ਹਾਂਜੀ ਕਰ ਸਕਦਾ ਹੈ, ਹਾਂਜੀ ਉਹਨੂੰ ਅਸਲੀ ਆਰਟਿਸਟ ਮੰਨਿਆ ਜਾਂਦਾ। ਅਤੇ ਉਹ ਕੋਕ ਸਟੂਡੀਓ ਦਾ ਗਾਣੇ ਲਈ ਮੈਨੂੰ ਪਹਿਲਾਂ ਵੀ ਉਹਨਾਂ ਨੇ ਕਿਹਾ ਕਈ ਵਾਰੀ, ਪਰ ਮੈਨੂੰ ਤਾਂ ਲੱਗਦਾ ਸੀ ਮੈਂ ਕੀ ਗਾਊਂਗਾ, ਜਿਹੜੀ ਮਾੜੀ ਮੋਟੀ ਬਣੀ ਆ ਉਹ ਖਰਾਬ ਨਾ ਕਰਾ ਲਵਾਂ। ਸੋ ਇਹਦਾ ਡਰ ਵੀ ਲੱਗਦਾ, ਜਦੋਂ ਤੁਸੀਂ ਵਧੀਆ ਓਪਰਚੁਨਿਟੀ ਮਿਲੀ ਉਹਨੂੰ ਚੰਗੀ ਤਰ੍ਹਾਂ ਗ੍ਰੈਬ ਕਰਨਾ ਚਾਹੀਦਾ ਤੁਹਾਨੂੰ, ਨਹੀਂ ਕਰ ਸਕਦੇ ਤਾਂ ਨਾ ਹੀ ਕਰੋ, ਕਮ ਸੇ ਕਮ ਬੇਇੱਜ਼ਤੀ ਨਾ ਹੋਵੇ ਬੰਦੇ ਦੀ। ਅਤੇ ਉਹ ਮੈਨੂੰ ਕਹਿੰਦਾ ਮੈਂ ਗਾਣਾ ਕਰਨਾ, ਮੈਂ ਕਿਹਾ ਠੀਕ ਹੈ, ਜਿੱਦਾਂ ਪਹਿਲਾਂ ਵੀ ਮੈਨੂੰ ਪੁੱਛਿਆ ਸੀ ਉਹਨਾਂ ਨੇ, ਮੈਂ ਕਿਹਾ ਇਹ ਵੀ ਰਹਿ ਜਾਣਾ ਕੰਮ ਇੱਦਾਂ ਹੀ, ਮੈਂ ਠੀਕ ਹੈ, ਮੈਂ ਮਨਾ ਨਹੀਂ ਕੀਤਾ ਉਹਨੂੰ। ਫਿਰ ਮੈਨੂੰ ਦੁਬਾਰਾ ਕਾਲ ਆਇਆ, ਕਹਿੰਦਾ ਅੱਛਾ ਮੈਂ ਗੁਰਦਾਸ ਮਾਨ ਸਾਹਿਬ ਨੂੰ ਮਿਲਣ ਜਾ ਰਿਹਾ, ਅਤੇ ਮੈਂ ਦੇਖਦਾ ਜੇ ਉਹਨਾਂ ਕੋਲ ਟਾਈਮ ਹੈਗਾ ਤਾਂ ਆਪਾਂ ਇਕੱਠਾ ਕਰ ਸਕਦੇ ਹਾਂ ਗਾਣਾ, ਮੈਨੂੰ ਕਹਿੰਦਾ ਉਹ। ਮੈਂ ਕਿਹਾ ਤੂੰ ਪੁੱਛ ਲਾ, ਮੈਨੂੰ ਲੱਗਦਾ ਨਹੀਂ ਵੀ ਹੋਣਾ, ਕਿਉਂਕਿ ਮੈਂ ਐਕਸਪੈਕਟ ਨਹੀਂ ਕਰ ਸਕਦਾ ਜੀ, ਹੈ ਨਾ। ਮੈਂ ਤੂੰ ਪੁੱਛ ਲਾ, ਢਿੱਡ ਦੇ ਵਿੱਚ ਘਾਉਮਾ ਹੋ ਜਾ ਹੋਣ ਲੱਗ ਪੈਂਦਾ, ਨਹੀਂ ਮੈਂ ਕਿਹਾ ਮੈਨੂੰ ਲੱਗਦਾ ਨਹੀਂ, ਤੂੰ ਟਰਾਈ ਕਰ ਲਾ, ਤੈਨੂੰ ਲੱਗਦਾ ਤਾਂ। ਅਤੇ ਮੈਂ ਫਿਰ ਫਰੀ ਹੋਇਆ ਸੀ, ਫਿਲਮ ਦੀ ਸਾਡੀ ਸਿਟਿੰਗ ਚੱਲਦੀ ਸੀ, ਸਰਦਾਰ ਜੀ 2 ਦੀ ਸਿਟਿੰਗ ਚੱਲਦੀਆਂ ਸੀਗੀਆਂ, ਮੈਨੂੰ 1:30 ਵਜੇ ਫੋਨ ਆਇਆ ਉਹਦਾ, ਕਹਿੰਦਾ ਵੀ ਓਕੇ ਰੈਡੀ ਹੋ ਗਿਆ ਸਾਰਾ ਕੁਛ, ਅਤੇ ਭਾਅ ਜੀ ਤੁਸੀਂ ਹੁਣ ਟਾਈਮ ਕੱਢੋ, ਜਲਦੀ ਆਪਾਂ ਰਿਹਰਸਲ ਕਰਕੇ 2 ਦਿਨ 'ਚ ਅਤੇ ਗਾਣਾ ਸ਼ੂਟ ਕਰਨਾ, ਅਤੇ ਮਾਨ ਸਾਹਿਬ ਅਤੇ ਉਹ ਰੈਡੀ ਹੋ ਗਿਆ ਸਾਰਾ ਕੰਮ, ਉਹ ਕਹਿੰਦੇ ਹਾਂਜੀ ਕਰਦੇ ਹਾਂ। ਮੈਨੂੰ ਐਂ, ਮੈਂ ਕਿਹਾ ਹੈ ਕਿੱਦਾਂ ਹੋ ਗਿਆ, ਮੈਂ ਕਿਹਾ ਅੱਛਾ, ਕਹਿੰਦਾ ਉਹ ਕਹਿੰਦੇ ਸੀ, ਮੈਂ ਕਿਹਾ ਕਿਹੜਾ ਗਾਣਾ, ਕਹਿੰਦਾ ਉਹ ਕਹਿੰਦੇ ਸੀਗੇ ਵੀ ਕੀ ਬਣੂ ਦੁਨੀਆ ਦਾ, ਫਿਰ ਕਹਿੰਦੇ ਵੀ ਕਮ, ਮੈਂ ਕਹਿੰਦਾ ਮੈਂ ਮਨਾ ਕਰਾ ਕੇ ਕਮਲੀ ਯਾਰ ਦੀ ਕਮਲੀ ਕਰਾ ਆਇਆ,
ਮੈਂ ਕਿਹਾ ਜੱਗੀ ਤੂੰ ਬਹੁਤ ਗਲਤ ਕਰ ਰਿਹਾ, ਮੈਂ ਉਹੀ ਗਾਣਾ ਕਰਨਾ ਕੀ ਬਣੂ ਦੁਨੀਆ ਦਾ। ਮੈਂ ਕਿਹਾ ਮੇਰਾ ਤਾਂ ਪਰਸਨਲ ਫੇਵਰੇਟ ਆ ਉਹ, ਮੈਂ ਤਾਂ ਉਹੀ ਟਰੈਕ ਕਰਦਾ, ਉਹ ਤਾਂ ਮੈਂ ਮਨਾ ਕਰਕੇ ਆਇਆ ਵੀ ਉਹ ਨਹੀਂ ਕਰਨਾ, ਹੁਣ ਕਮਲੀ ਯਾਰ ਦੀ ਕਮਲੀ ਕਰਨਾ। ਮੈਂ ਕਿਹਾ ਵੀ, ਕਹਿੰਦਾ ਉਹ ਇਹਦੇ 'ਚ ਇਹ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਈ ਮਤਲਬ ਤੁਸੀਂ ਸਿਰਫ ਇੱਕ ਧਰਮ ਦੀ ਗੱਲ ਕਰ ਰਹੇ। ਮੈਂ ਕਿਹਾ ਇਹ ਕੀ ਮਤਲਬ ਹੋਇਆ, ਹੈ ਨਾ ਵੀ ਅੱਲਾ ਬਿਸਮਿਲ੍ਲਾ ਤੇਰੀ ਜੁਗਨੀ ਵਾਹਿਗੁਰੂ, ਇਹ ਹੈ ਤਾਂ ਸਾਰੇ ਰੱਬ ਦੇ ਨਾਂ ਆ, ਹੈ ਨਾ। ਮੈਂ ਕਿਹਾ ਤੂੰ ਇੱਦਾਂ ਕਹਿੰਦੇ ਕਹਿੰਦਾ, ਉਹ ਕਹਿੰਦਾ ਜਿੱਦਾਂ ਉਹ ਵੀ ਸ਼ਹਿਰੀ ਆ ਤਾਂ ਉਹਨੂੰ ਇਹ ਗਾਣੇ ਦਾ ਜ਼ਿਆਦਾ ਮਤਲਬ ਦਾ ਪਤਾ ਨਹੀਂ ਸੀ ਬਈ ਕੀ ਬਣੂ ਦੁਨੀਆ ਦਾ ਗਾਣਾ ਕੀ ਆ। ਮੈਂ ਕਿਹਾ ਮੈਂ ਤਾਂ ਇਹੀ ਕਰਨਾ, ਕਹਿੰਦਾ ਯਾਰ ਹੁਣ ਤਾਂ ਮੈਂ ਮਨਾ ਕਰ ਗਿਆ ਉੱਥੇ। ਬਟ ਫਿਰ ਸ਼ਾਹ ਭਾਅ ਜੀ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਜੀ ਇਹ ਜੇ ਮੌਕਾ ਆ ਤਾਂ ਇਹਨੂੰ ਚੰਗੀ ਤਰ੍ਹਾਂ ਸਾਂਭ ਲਓ, ਇਹੀ ਗਾਣਾ ਇਹੀ ਕਰਨਾ ਕੀ ਬਣੂ ਦੁਨੀਆ ਦਾ। ਫਿਰ ਬਸ ਦੂਜੇ ਦਿਨ ਸਾਡੀ ਸੀਟਿੰਗ ਹੋਈ, ਇੱਕ ਦਿਨ ਰਿਹਰਸਲ ਹੋਈ ਅਤੇ ਅਗਲੇ ਦਿਨ ਅਸੀਂ ਬਹੁਤ ਸੇ ਲਾਇਕ ਗੁਰਦਾਸ ਮਾਨ ਜੀ ਦੇ। ਇੱਕ ਤਾਂ ਗੁਰਦਾਸ ਮਾਨ ਜੀ ਜਦੋਂ ਬੰਦਾ ਮਿਲਦਾ ਹੈ ਥੋੜ੍ਹਾ ਡਰ ਕੇ ਮਿਲਦਾ ਹੈ, ਇੱਕ ਤਾਂ ਤੁਸੀਂ ਉਹਨਾਂ ਨਾਲ ਫਿਲਮ 'ਚ ਕੋਈ ਕੰਮ ਕਰਨਾ ਜਾਂ ਤੁਹਾਡੇ ਨਾਲ ਬੈਠੇ ਕਿਉਂਕਿ ਇੱਕ ਪਾਸੇ ਰਿਸਪੈਕਟ ਹੈ, ਇੱਕ ਪਾਸੇ ਪਿਆਰ ਹੈ, ਇੱਕ ਪਾਸੇ ਸਾਡਾ ਯੂ ਨੋ ਸਾਡੇ ਲੈਜੈਂਡ ਸਾਡੇ ਕਮਿਊਨਿਟੀ ਦਾ ਹੀਰੋ ਆ। ਹਾਂਜੀ ਲੈਜੈਂਡ। ਜਦੋਂ ਗਾਉਣ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ, ਮਨ ਦੇ ਵਿੱਚ ਕੀ ਕੁਛ ਹੋ ਰਿਹਾ ਸੀ ਕਿ ਯਾਰ ਮੈਂ ਤਾਂ ਗੁਰਦਾਸ ਮਾਨ, ਇਹ ਮੈਨੂੰ ਇੱਦਾਂ ਲੱਗ ਰਿਹਾ ਸੀ, ਮੈਂ ਕਿਹਾ ਇਹ ਤਾਂ ਕੁਦਰਤ ਦੇ ਹੀ ਜਾ ਰਹੀ ਆ, ਮਤਲਬ ਦੇ ਰਹੀ ਆ, ਮਤਲਬ ਮੈਂ ਇੰਨਾ ਇਹਦੇ ਲਾਇਕ ਤਾਂ ਹੈ ਨਹੀਂ, ਪਰ ਇਹ ਕਿੱਦਾਂ ਹੋ ਗਿਆ ਕਿ ਮੈਨੂੰ ਖੁਸ਼ੀ ਇਕੱਲੀ ਇਹ ਗੱਲ ਹੀ ਨਹੀਂ ਸੀ ਕਿ ਮੈਂ ਗੁਰਦਾਸ ਮਾਨ ਸਾਹਿਬ ਨਾਲ ਗਾਣਾ ਕਰ ਰਿਹਾ, ਮੈਨੂੰ ਖੁਸ਼ੀ ਇਹ ਸੀ ਕਿ ਮੈਂ ਗੁਰਦਾਸ ਮਾਨ ਸਾਹਿਬ ਦੇ ਜਿਹੜੇ ਓਲਡ ਗਾਣੇ ਆ ਨਾ, ਮਤਲਬ ਉਹ ਜਿਨ੍ਹਾਂ ਦੇ ਗਾਣਿਆਂ ਦੇ ਅੱਖਰ ਸੋਨੇ ਦੇ ਆ, ਇਕੱਲਾ ਇਕੱਲਾ ਅੱਖਰ ਅਤੇ ਕੰਪੋਜੀਸ਼ਨਸ ਜਿਹੜੀਆਂ ਅਸੀਂ ਆਪਣੀ ਖੁਸ਼ੀ ਦੇ ਲਈ ਗਾਉਂਦੇ ਹਾਂ, ਜਿੱਦਾਂ ਮੈਂ ਅੱਜ ਤੁਰਿਆ ਫਿਰਦਾ ਕੋਈ ਗੱਲ ਵਾਂ, ਮੈਨੂੰ ਇਹ ਗਾਣਾ ਗਾਉਣ ਦਾ ਮੌਕਾ ਮਿਲ ਰਿਹਾ, ਇਹ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ। ਹਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ, ਮੈਂ ਕਿਹਾ ਵੀ ਇਹ ਤਾਂ ਮਹਾਰਾਜ ਨੇ ਕੋਈ ਕਿਰਪਾ ਕੀਤੀ, ਕੋਈ ਚੰਗੇ ਕਰਮ ਪਿਛਲੇ ਜਾਗੇ ਆ ਕਿ ਮੈਨੂੰ ਉਹ ਗਾਣਾ ਮੌਕਾ ਮਿਲ ਰਿਹਾ ਗਾਉਣ ਦਾ ਜਿਹੜਾ ਮੇਰਾ ਤਾਂ ਹੈ ਹੀ ਨਹੀਂ, ਨਾ ਮੇਰੀ ਉਹਦੇ 'ਤੇ ਕੋਈ ਮਿਹਨਤ ਆ, ਨਾ ਮੈਂ ਉਸ ਚੀਜ਼ ਲਈ ਸਟਰਗਲ ਕੀਤੀ ਆ, ਅਤੇ ਉਹ ਗਾਣਾ ਆਲਰੇਡੀ ਇੰਨਾ ਜ਼ਿਆਦਾ ਹਿੱਟ ਆ ਮੇਰੇ ਲਈ, ਉਹ ਗਾਣੇ ਦੇ ਅੱਖਰ ਜਾਂ ਉਹ ਜਿਹੜੇ ਪੁਰਾਣੇ ਗਾਣੇ ਸੀਗੇ ਪੀੜ ਤੇਰੇ ਜਾਣ ਦੀ ਆ, ਉਸ ਤੋਂ ਪੁਰਾਣੇ ਜਿਹੜੇ ਗਾਣੇ ਨੇ ਸਾਰੇ ਹੀ, ਉਹ ਉਹਨਾਂ ਦੇ ਅੱਖਰ ਸੋਨੇ ਦੇ ਆ, ਅਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਇਹ, ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਸੀ। ਐਂਡ ਗੁਰਦਾਸ ਮਾਨ ਜੀ ਦੇ ਨਾਲ ਤੁਸੀਂ ਯੂ ਨੋ ਬਹੁਤ ਸੇ ਲਾਈਕ ਉਹਨਾਂ ਨੂੰ ਜਦੋਂ ਉਹ ਆਪਣੇ ਮੋਡ ਜਿੱਦਾਂ ਕਹਿੰਦੇ ਆਪਣੇ ਵਾਈਬ ਦੇ ਵਿੱਚ ਹੁੰਦੇ ਆ, ਮਿਊਜ਼ਿਕ ਦੇ ਵਾਈਬ ਦੇ ਉਹਨਾਂ ਵੱਲ ਦੇਖ ਰਹੇ ਆ, ਉਹ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਉਹਨਾਂ ਵੱਲ ਦੇਖ ਕੇ ਜਦੋਂ ਉਹ ਆਪਣਾ ਧਿਆਨ ਯੂ ਨੋ ਇਸ ਪ੍ਰੋਜੈਕਟ 'ਤੇ ਦੇ ਰਹੇ ਸੀ? ਅਮੇਜ਼ਿੰਗ। ਮੈਂ ਬਹੁਤ ਆਰਟਿਸਟ ਦੇਖੇ, ਹੋਰ ਵੀ ਮੈਂ ਇੱਥੇ ਫਿਲਮ ਵਾਲੇ ਆਰਟਿਸਟ ਵੀ ਦੇਖੇ ਸੀਨੀਅਰ, ਜਿਹੜਾ ਬੰਦਾ ਕਿਸੇ ਮੁਕਾਮ 'ਤੇ ਆ ਉਹ ਬਿਨਾਂ ਕਿਸੇ ਗੱਲ ਤੋਂ ਹੈ ਨਹੀਂ, ਕ੍ਰਿਟੀਸਾਈਜ਼ ਬਹੁਤ ਕਰਦੇ ਕਈ ਲੋਕ ਅਤੇ, ਬਟ ਉਹ ਬੰਦਾ ਜਿਹੜਾ ਜਿੱਥੇ ਪਹੁੰਚ ਗਿਆ ਕਿਸੇ ਵੀ ਮੁਕਾਮ 'ਤੇ, ਕੋਈ ਵੀ ਬੰਦਾ ਚਾਹੇ ਉਹ ਛੋਟਾ ਵੱਡਾ ਕਿਸੇ ਵੀ ਮੁਕਾਮ 'ਤੇ, ਉਹਦਾ ਕੋਈ ਆਪਣੀ ਸਟਰਗਲ ਤਾਂ ਹੈ ਉਹਦੇ ਪਿੱਛੇ। ਮੇਰੇ ਲਈ ਬਹੁਤ ਅਮੇਜ਼ਿੰਗ ਸੀ ਕਿ ਅਸੀਂ ਇੱਕ ਦਿਨ ਰਿਹਰਸਲ ਕੀਤੀ, ਸੈਕਿੰਡ ਡੇ ਸਾਡਾ ਸੈੱਟ 'ਤੇ ਰਿਹਰਸਲ ਸੀਗੀ, ਅਤੇ ਅਸੀਂ 10 ਵਜੇ ਪਹੁੰਚ ਗਏ ਅਤੇ 4 ਵਜੇ ਜਾ ਕੇ ਸਾਡੀ ਵਾਰੀ ਆਈ ਰਿਹਰਸ ਕਰਨ ਦੀ, ਕਿਉਂਕਿ ਉਸ ਦਿਨ ਸੁਖਵਿੰਦਰ ਭਾਅ ਜੀ ਦਾ ਵੀ ਸ਼ੂਟ ਹੋ ਰਿਹਾ ਸੀ ਗਾਣਾ, ਅਤੇ ਉਹ ਇੱਕ ਵਾਰੀ ਵੀ ਥੱਕੇ ਨਹੀਂ ਭਾਅ ਜੀ, ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕਿ ਉਹ ਯਾਰ ਥੱਕ ਗਏ, ਉਹ ਯਾਰ ਕਰ ਲਓ, ਇੱਕ ਵਾਰ ਵੀ ਨਹੀਂ। ਮਤਲਬ ਮੈਨੂੰ ਬੁਰਾ ਲੱਗ ਰਿਹਾ ਸੀ ਕਿ ਗੁਰਦਾਸ ਮਾਨ ਸਾਹਿਬ ਵੇਟ ਕਰ ਰਿਹਾ ਬੈਠੇ ਰਿਹਰਸਲ ਦੇ ਲਈ, ਅਤੇ ਕਿਉਂਕਿ ਅਸੀਂ ਤਾਂ ਦਾ ਰਿਸਪੈਕਟ ਉਹ ਤਾਂ ਬਹੁਤ ਜ਼ਿਆਦਾ ਆ, ਤਾਂ ਮੈਨੂੰ ਬੁਰਾ ਲੱਗ ਰਿਹਾ ਸੀ, ਪਰ ਮਾਨ ਸਾਹਿਬ ਨੇ ਇੱਕ ਵਾਰ ਵੀ ਗਿਲਾ ਨਹੀਂ ਕੀਤਾ। ਔਰ ਇਹ ਮੈਂ ਕਹੂੰਗਾ ਕੋਕ ਸਟੂਡੀਓ ਵਾਲਿਆਂ ਦੀ ਖੁਸ਼ਕਿਸਮਤੀ, ਐੱਮ ਟੀ ਵੀ ਦੀ ਖੁਸ਼ਕਿਸਮਤੀ ਕਿ ਗੁਰਦਾਸ ਮਾਨ ਸਾਹਿਬ ਨੇ ਗਾਣਾ ਗਾਇਆ ਉੱਥੇ। ਬਟ ਮੈਂ ਅਮੇਜ਼ਿੰਗ ਗੱਲ ਦੱਸਣ ਲੱਗਾ ਜਿਹੜੀ ਸ਼ਾਇਦ ਕਿਸੇ ਨੇ ਨੋਟ ਨਹੀਂ ਕੀਤੀ, ਮਾਨ ਸਾਹਿਬ ਨੇ ਕਹੀ ਉੱਥੇ, ਬਟ ਮੈਂ ਉਹ ਗੱਲ ਤੋਂ ਬਾਅਦ ਹਿੱਲ ਗਿਆ ਸੀ ਆਪਣੇ ਅੰਦਰ। ਗਾਣੇ ਦਾ 4 ਵਾਰ ਟੇਕ ਹੋਇਆ, 4 ਵਾਰੀ ਗਾਇਆ ਸੀ, ਅਤੇ ਜਦੋਂ ਲਾਸਟ ਵਾਰੀ ਗਾਇਆ ਤਾਂ ਵਧੀਆ ਗਾਇਆ ਗਿਆ, ਚਲੋ ਠੀਕ, ਅਤੇ ਜੱਗੀ ਕਹਿੰਦਾ ਕਿ ਵੈਰੀ ਗੁੱਡ ਵੀ ਹੁਣ ਇੱਦਾਂ ਲੱਗਾ ਜਿਵੇਂ ਲਾਈਵ ਗਾਇਆ, ਵੀ ਵਧੀਆ ਹੈ ਨਾ ਜੀ। ਅਤੇ ਗੁਰਦਾਸ ਮਾਨ ਸਾਹਿਬ ਕਹਿੰਦੇ ਵੀ ਹੁਣ ਅਸੀਂ ਸਿੱਖ ਮੈਂ ਹੁਣ ਅਸੀਂ ਸਿੱਖ ਗਏ ਹਾਂ, ਹੁਣ ਜਦੋਂ ਤੁਸੀਂ ਸਾਨੂੰ ਦੁਬਾਰਾ ਮੌਕਾ ਦਿਓਗੇ ਅਸੀਂ ਗਲਤੀ ਨਹੀਂ ਕਰਾਂਗੇ। ਹਾਏ ਉਹ ਮੈਂ ਗਿਆ ਮੌਕਾ ਤੁਸੀਂ ਦਿੱਤਾ ਇਹਨਾਂ ਨੂੰ, ਮਤਲਬ ਇੰਨਾ ਹੰਬਲ ਬੰਦਾ ਔਰ ਐਡੀ ਵੱਡੀ ਗੱਲ। ਮੈਂ ਕਿਹਾ ਯਾਰ ਇਹਨੂੰ ਕਹਿੰਦੇ ਆ ਮਿਊਜ਼ਿਕ ਲਈ ਪਿਆਰ। ਸੋ ਗੁਰਦਾਸ ਮਾਨ ਸਾਹਿਬ ਦੀ ਬਹੁਤ ਰਿਸਪੈਕਟ ਹੈ।
ਔਰ ਉਹਨਾਂ ਨੂੰ ਮਿਲਿਆ ਵੀ ਇਸੇ ਕਰਕੇ ਇੰਨਾ ਕਿਉਂਕਿ ਉਹਨਾਂ ਦੀ ਰੂਹ ਇੰਨੀ ਚੰਗੀ ਭਾਜੀ ਥੈਂਕ ਯੂ ਵੈਰੀ ਮੱਚ ਤੁਸੀਂ ਆਪਣਾ ਦਿਸ ਟਾਈਮ ਰੀਅਲੀ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਯੂ ਨੋ ਹੋਪ ਅਸੀਂ ਜ਼ਿਆਦਾ ਟਾਈਮ ਤੁਹਾਡਾ ਲਿਆ ਨਹੀਂ ਕੋਵਿਡ ਤੁਸੀਂ ਇਸ ਵੇਲੇ ਇੱਥੇ ਡਾ ਵੀ ਬੈਠੇ ਆ ਟਰੂਸਕੂਲ ਦੇ ਨਾਲ ਥੀ ਦੇ ਨਾਲ ਅਤੇ ਆਪਣੇ ਨਵੇਂ ਪ੍ਰੋਜੈਕਟ ਦੀ ਤਿਆਰੀਆਂ ਕਰ ਰਹੇ ਹਾਂ ਐਂਡ ਆਈ ਨੋ ਤੁਸੀਂ ਦੋ ਦਿਨਾਂ ਵਿੱਚ ਜਾ ਰਹੇ ਹਾਂ ਅਤੇ ਜਾਣ ਤੋਂ ਪਹਿਲਾਂ ਆਈ ਜਸਟ ਵਾਂਟ ਟੂ ਸੇ ਪਰਸਨਲੀ ਕਿ ਜੇ ਸਾਡੇ ਬਚਪਨ ਦੇ ਵਿੱਚ ਕੁਲਦੀਪ ਮਾਨਕ ਜੀ ਅਤੇ ਗੁਰਦਾਸ ਮਾਨ ਜੀ ਸਾਡੇ ਹੀਰੋ ਹੁੰਦੇ ਸੀ ਸੱਚ ਗੱਲ ਇਹ ਆ ਕਿ ਸਾਡੇ ਨਿਆਣਿਆਂ ਦੇ ਹੀਰੋ ਤੁਸੀਂ ਆ ਵਾਹਿਗੁਰੂ ਜੋ ਤੁਸੀਂ ਉਹਨਾਂ ਨੂੰ ਇੰਸਪੀਰੇਸ਼ਨ ਦੇ ਰਹੇ ਆ ਜਿਸ ਤਰ੍ਹਾਂ ਦੇ ਗਾਣੇ ਤੁਸੀਂ ਰਿਲੀਜ਼ ਕਰ ਰਹੇ ਜਿਸ ਤਰ੍ਹਾਂ ਇੰਜੋਇਮੈਂਟ ਇੰਟਰਟੇਨਮੈਂਟ ਤੁਸੀਂ ਉਹਨਾਂ ਨੂੰ ਦੇ ਰਹੇ ਆ ਤੁਸੀਂ ਯੂਨੋ ਇਸ ਯੂਨੋ ਆਲ ਸੇ ਤੁਸੀਂ ਇਸ ਜਨਰੇਸ਼ਨ ਦੇ ਗੁਰਦਾਸ ਮਾਨ ਜੀ ਆ ਕਿ ਇੰਨਾ ਪਿਆਰ ਤੁਸੀਂ ਇੰਨੇ ਮਾਣ ਦੇ ਨਾਲ ਪੰਜਾਬੀਆਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਆ ਅਤੇ ਰੱਬ ਇਹੀ ਅਸੀਂ ਰੱਬੋਂ ਯੂਨੋ ਇਹੀ ਅਰਦਾਸ ਕਰਦੇ ਕਿ ਹੋਰ ਅਸੀਂ ਤੁਹਾਡੇ ਤੋਂ ਯੂਨੋ ਵਧੀਆ ਚੀਜ਼ਾਂ ਦੇਖੀਏ ਸੁਣੀਏ ਅਤੇ ਅਸੀਂ ਹੋਰ ਜ਼ਿਆਦਾ ਤੁਹਾਨੂੰ ਪਿਆਰ ਦੇਈਏ ਜਾਣ ਤੋਂ ਪਹਿਲਾਂ ਜਿਹੜੇ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਆ ਇੰਗਲੈਂਡ ਦੇ ਵਿੱਚ ਅਰਾਊਂਡ ਦ ਵਰਲਡ BBC 'ਤੇ ਉਹਨਾਂ ਲਈ ਇੱਕ ਪਿਆਰ ਮੈਸੇਜ ਜੇ ਤੁਸੀਂ ਦੇ ਸਕਦੇ ਹਾਂਜੀ ਬਿਲਕੁਲ ਜਿੰਨੇ ਵੀ ਸੁਣਦੇ ਪਏ ਨੇ ਸਾਰੇ ਮਿਊਜ਼ਿਕ ਲਵਰਸ ਸਾਰਿਆਂ ਨੂੰ ਪਿਆਰ ਸਤਿਕਾਰ ਔਰ ਸੁਖੀ ਭਾਅ ਜੀ ਅਤੇ ਮੈਂ ਤੁਹਾਡੇ ਹੁਣ ਤੋਂ ਅਸੀਂ ਪਹਿਲਾਂ ਗੱਲ ਕਰਦੇ ਜੀ ਤੁਹਾਡਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਸਾਰੇ ਪਿਆਰ ਨਾਲ ਸੁਣਦੇ ਆ ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਜਿੱਦਾਂ ਤੁਸੀਂ ਪੰਜਾਬੀ ਮਿਊਜ਼ਿਕ ਨੂੰ ਸਪੋਰਟ ਕਰਦੇ ਆ ਇੱਦਾਂ ਸਾਰੇ ਜਣੇ ਤੁਹਾਡੇ ਸ਼ੋਅ ਨੂੰ ਸਪੋਰਟ ਕਰਨ ਸਾਰੇ ਆਰਟਿਸਟ ਵੀ ਔਰ ਸੁਣਨ ਵਾਲੇ ਵੀ ਸਪੋਰਟ ਕਰਨ ਤਾਂ ਜੋ ਮੈਂ ਤਾਂ ਮੈਨੂੰ ਆਪਣੇ ਆਪ 'ਤੇ ਲੱਗਦਾ ਹੁੰਦਾ ਫਿਰ ਮੈਂ ਹੀ ਹੋ ਜਾਂਦੀ ਇੰਟਰਵਿਊ 'ਚ ਸਾਰੀ ਮੈਂ ਇੱਦਾਂ ਮੈਂ ਉੱਦਾਂ ਅਤੇ ਇਹ ਚੀਜ਼ ਤੋਂ ਵੈਸੇ ਬਚਣਾ ਚਾਹੀਦਾ ਬੰਦਾ ਇੱਦਾਂ ਕਹਿਣ ਲੱਗ ਪੈਂਦਾ ਅਤੇ ਪਰ ਮੈਂ ਤਾਂ ਆਪਣੇ ਸਿਰ ਜ਼ਿਆਦਾ ਭਾਰ ਨਹੀਂ ਸਮਝਦਾ ਹੁੰਦਾ ਸੋਰੀ ਇਸ ਗੱਲ ਦਾ ਮੈਂ ਵੀ ਮੰਗੂੰਗਾ ਕਿ ਜਿੱਦਾਂ ਵੀ ਮੈਂ ਕੋਈ ਜ਼ਿੰਮੇਵਾਰੀ ਚੱਕੀ ਫਿਰਦਾ ਇਹ ਮੈਂ ਤਾਂ ਇੰਜੋਏ ਕਰ ਰਿਹਾ ਬਟ ਬਹੁਤ ਸਾਰੇ ਆਰਟਿਸਟ ਇੱਦਾਂ ਦੇ ਹੈਗੇ ਸੱਚੀ ਜਿਹੜੇ ਜ਼ਿੰਮੇਵਾਰੀ ਸਮਝ ਕੇ ਇਸ ਕੰਮ ਨੂੰ ਕਰ ਰਹੇ ਆ ਲਾਈਕ ਟਰੂਸਕੂਲ ਭਾਅ ਜੀ ਉਹ ਪੰਜਾਬੀ ਮਿਊਜ਼ਿਕ ਲਈ ਕੰਮ ਕਰਦੇ ਆ ਤੁਸੀਂ ਪੰਜਾਬੀ ਮਿਊਜ਼ਿਕ ਨੂੰ ਇੰਨਾ ਸਪੋਰਟ ਕਰਦੇ ਆ ਤਾਂ ਫੈਨਸ ਜਿਹੜੇ ਆ ਸਾਰੇ ਸੁਣਨ ਵਾਲੇ ਉਹ ਪੰਜਾਬੀ ਮਿਊਜ਼ਿਕ ਨੂੰ ਅਤੇ ਤੁਹਾਡੇ ਪ੍ਰੋਗਰਾਮ ਨੂੰ ਸਾਰੇ ਸਪੋਰਟ ਕਰਨ ਕਿਉਂਕਿ ਇਹ ਤਾਂ ਹੀ ਅਲਾਈਵ ਰਹਿ ਸਕਦਾ ਤਾਂ ਹੀ ਸਾਰਾ ਕੁਝ ਜ਼ਿੰਦਾ ਰਹਿ ਸਕਦਾ ਨਹੀਂ ਤਾਂ ਫਿਰ ਹੌਲੀ ਹੌਲੀ ਮਰਜ ਹੋ ਜਾਣਾ ਸਾਰਾ ਕੁਛ ਹੁਣ ਜਿੱਦਾਂ ਵਿਆਹਾਂ ਦੇ ਵਿੱਚ ਵੀ ਅੰਗਰੇਜ਼ੀ ਗਾਣੇ ਵੀ ਚੱਲਦੇ ਆ ਅਤੇ ਉਹ ਹੌਲੀ ਹੌਲੀ ਮੈਂ ਸੁਣਿਆ ਹੁਣ ਟਾਈਮ ਵਧਾਉਣ ਲੱਗ ਪਿਆ 15 ਮਿੰਟ ਅੱਧਾ ਘੰਟਾ ਪੌਣਾ ਘੰਟਾ ਪਤਾ ਲੱਗੇ 2-3 ਘੰਟੇ ਦੂਜਾ ਹੀ ਚੱਲੇ ਸਾਡੇ ਵਾਲਾ ਚੱਲੇ ਹੀ ਕੋਈ ਨਹੀਂ ਗਾਣਾ ਫਿਰ ਤਾਂ ਖਰਾਬ ਹੋ ਜਾਣਾ ਕੰਮ ਯਾਰ ਹੈ ਭਾਅ ਜੀ ਇਹ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਤਾਂ ਇਹਦੇ ਲਈ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਸਾਰੇ ਪਲੀਜ਼ ਉਹਨਾਂ ਨੂੰ ਸਪੋਰਟ ਕਰੋ ਥੈਂਕ ਯੂ ਭਾਅ ਜੀ ਅਤੇ ਨੈਕਸਟ ਟਾਈਮ UK ਦੇ ਵਿੱਚ ਔਨ ਟੂਰ 2016 ਹਾਂਜੀ 2016 'ਚ ਸਾਡਾ ਟੂਰ ਅਸੀਂ ਉਹਦੀਆਂ ਰਿਹਰਸਲਸ ਵੀ ਸਟਾਰਟ ਕਰ ਦੇਣੀਆਂ ਨਵੰਬਰ ਤੋਂ ਸੁੱਖੀ ਭਾਅ ਜੀ ਉਹਨਾਂ ਨੇ ਅਤੇ ਸਾਡੀ ਜਿਹੜੀ ਸਾਰੀ ਟੀਮ ਆ TL ਸੁੱਖੀ ਭਾਅ ਜੀ ਔਰ ਸਾਰੇ ਮਿਊਜ਼ੀਸ਼ੀਅਨਸ ਜਿੰਨੇ ਵੀ ਉਹ ਸਾਰੇ ਅਸੀਂ ਨਵੰਬਰਸ ਤੋਂ ਸਟਾਰਟ ਕਰ ਦੇਣੀ ਆ ਰਿਹਰਸਲਸ ਬ੍ਰਿਲੀਅੰਟ ਭਾਅ ਜੀ ਆਈ ਵਿਲ ਸੀ ਯੂ ਨੈਕਸਟ ਈਅਰ ਅਤੇ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਮੇਰੇ ਵੱਲੋਂ ਅਤੇ ਸਾਰੇ ਹੀ BBC ਦੇ ਸੁਣਨ ਵਾਲਿਆਂ ਨੂੰ ਦਿਲਜੀਤ ਦੋਸਾਂਝ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਅ ਜੀ ਜਿੰਦਾ ਬੰਦੇ ਦਾ ਕਿੱਥੇ ਬਹਿੰਦੇ ਆ ਕਿੱਥੇ ਉੱਠਦੇ ਆ ਐਂਡ ਆਮ ਰੀਅਲੀ ਰੀਅਲੀ ਹੈਪੀ ਰੀਅਲੀ ਪ੍ਰਾਊਡ ਟੂ ਬੀ ਸੀਇੰਗ ਨੈਕਸਟ ਟੂ ਦ ਵਨ ਐਂਡ ਓਨਲੀ ਦਿਲਜੀਤ ਦੋਸਾਂਝ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਅਗਰ ਸਹੀ ਤੁਹਾਡੀ ਜਿਹੜੀ ਚੋਰੀ ਆ ਫੜ ਹੋ ਗਈ ਬਿਕੋਜ਼ ਯੂਜਲੀ ਟਵਿੱਟਰ 'ਤੇ ਪਤਾ ਲੱਗ ਜਾਂਦਾ ਫੇਸਬੁੱਕ 'ਤੇ ਪਤਾ ਲੱਗ ਜਾਂਦਾ ਅੱਛਾ ਟੋਰ ਇੱਥੇ ਆ ਇਸ ਦੇਸ਼ 'ਚ ਹੋਣਾ ਆ ਜਾਂ ਇਸ ਸਿਟੀ 'ਚ ਹੋਣਾ ਆ ਇਸ ਵੇਲੇ ਤੁਸੀਂ ਐਂ ਚੋਰੀ ਚੋਰੀ ਲੁੱਕ ਲੁੱਕ ਕੇ ਆਏ ਆ ਨਹੀਂ ਚੋਰੀ ਲੁੱਕ ਨਹੀਂ ਆਇਆ ਮੈਂ ਤਾਂ ਜਦੋਂ ਉਤਰਿਆ ਸੀ ਉਦੋਂ ਹੀ ਇੱਕ ਵੀਡੀਓ ਪਾਈ ਸੀ ਇੰਸਟਾਗ੍ਰਾਮ 'ਤੇ ਸੋ ਬਟ ਹਾਂ ਮੈਂ ਆਪਣੇ ਪਿੰਡ ਆਇਆ ਡਰਬੀ ਤੁਹਾਡਾ ਪਿੰਡ ਹੀ ਹੁਣ ਲੱਗ ਗਿਆ ਨਾ ਮੇਰਾ ਪਿੰਡ ਹੀ ਹੋ ਗਿਆ ਪਿੰਡ ਹੀ ਬਣ ਗਿਆ ਇੱਥੇ ਰਿਹਾ ਮੈਂ ਜ਼ਿਆਦਾ UK 'ਚ ਡਰਬੀ ਮੇਰੇ ਭੈਣ ਹੋਣੀ ਵੀ ਇੱਥੇ ਵਿਆਹੇ ਅਤੇ ਸੁੱਖੀ ਭਾਈ ਉਹਨਾਂ ਦੇ ਘਰ ਦੇ ਇੱਥੇ ਨੇੜੇ ਹੀ ਆ ਘਰ ਭਾਈ ਹਰਮੀ ਭਾਅ ਜੀ ਉਹਨਾਂ ਦਾ ਘਰ
So ਡਰ ਵੀ ਤਾਂ ਪਿੰਡ ਹੀ ਹੋ ਗਿਆ ਮੇਰਾ All right, let's do this because I don't know ਕਿ ਆਪਾਂ ਕਿਹੜੀਆਂ ਗੱਲਾਂ ਕਰਨੀਆਂ ਕਿੱਧਰ ਨੂੰ ਜਾਣੀਆਂ ਗੱਲਾਂ We're just gonna have a nice conversation about yourself ਕਿਉਂਕਿ ਸਾਰਿਆਂ ਨੂੰ ਪਤਾ ਤੁਹਾਡੇ ਗਾਣੇ ਬਾਰੇ ਇੰਨਾ ਪਿਆਰ ਦਿੰਦੇ ਆ ਫਿਲਮਾਂ ਨੂੰ ਇੰਨਾ ਪਿਆਰ ਦਿੰਦੇ ਆ ਅਤੇ ਯੂ ਨੋ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਇਟਸ ਯੂਜ਼ਲੀ ਅਬਾਊਟ ਮਿਊਜ਼ਿਕ ਜਾਂ ਫਿਲਮ ਸੋ ਆਈ ਯੂ ਨੋ ਆਈ ਜਸਟ ਵਾਂਟਡ ਟੂ ਟਾਕ ਅਬਾਊਟ ਓਕੇ ਦਿਸ ਇਜ਼ ਡਿਪਸ ਫਾਰਮਲਾ ਐਂਡ ਔਨ ਏ ਸੈਟਰਡੇ ਆਫਟਰਨੂਨ ਅਸੀਂ ਉਹਦਾ ਘਰੇ ਬੈਠੇ ਸੀ ਅਤੇ ਸਾਡੇ ਵੀਰ ਟਰੂਸਕੂਲ ਦਾ ਫੋਨ ਆਇਆ ਕਹਿੰਦਾ ਗੱਲ ਇੱਦਾਂ ਆ ਜੇ ਖਾਸ ਬੰਦੇ ਨੂੰ ਮਿਲਣਾ ਆ ਹੈ ਨਾ ਤੂੰ ਹੁਣੀ ਆ ਜਾ ਕਿਉਂਕਿ ਉਹਨਾਂ ਨੇ ਨਿਕਲ ਜਾਣਾ ਆ ਸਾ ਆਲਰਾਈਟ ਕੋ ਠੀਕ ਆ ਫਿਰ ਗੱਡੀ 'ਚ ਬੈਠੇ ਵੈਂਟ ਫਰੋਮ ਸੋਲੀ ਹੋਲ ਆਲ ਦ ਵੇ ਟੂ ਡਾਰਬੀ ਟੂ ਮੀਟ ਵਨ ਆਫ ਆਈ ਵੁੱਡ ਸੇ ਐਸ ਵੇਲੇ ਪੰਜਾਬੀ ਮਿਊਜ਼ਿਕਸ ਬਿਗੇਸਟ ਸੁਪਰ ਸਟਾਰ ਐਂਡ ਯੂ ਨੋ ਆ ਜਿਹੜੀ ਇੰਡਸਟਰੀ ਆ ਇਹਦੇ ਵਿੱਚ ਕਈ ਹੈਗੇ ਆ You know, who like to be recognized for jede bhi kaam kar rahe ne, but jis artist naal main hun is vele baitha ya, he doesn't want any recognition at all. Te kamaal di gal eh aa, you know, inna pyar inna mil reha ya. Te he's the guy who's brought us so many hit songs from Nachdi Allara Kumariyan to Leke to Luck 28, still a big song, Back to Basics, that amazing album, and so many Punjabi films pichhe 2-3 saalan de vich and he's here on a secret visit here but Twitter Facebook to pata lag ke unni mehnat to music te nahi ho rahi so sukhi bhai ko main jadon bhi aana itthe te odon kafi kuch sikhan nu milda so Punjabi music na jidda main hor jud jana eh mera ek visit chalo gaana ta assi taiyar karde ha but eh visit mere liye ek lesson bhi hunda jidda main last time bhi back to basic kiti si ek lesson si ਮੇਰੀ ਲਾਈਫ ਦਾ ਵੀ ਅਤੇ ਮਿਊਜ਼ਿਕ ਦੇ ਵਿੱਚ ਵੀ ਸੋ ਮੈਨੂੰ ਦੋਹਰਾ ਚਾਅ ਹੁੰਦਾ ਡਬਲ ਕਿ ਹੁਣ ਸਿੱਖਣਾ ਵੀ ਆ ਅਤੇ ਕੰਮ ਵੀ ਕਰਨਾ ਸੋ ਮਾਨ ਸਾਹਿਬ ਹੁਣਾਂ ਦੇ ਗਾਣੇ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਅਤੇ ਸੁੱਖੀ ਭਾਈ ਹੁਣਾਂ ਦੀਆਂ ਪੁਰਾਣੀਆਂ ਐਲਬਮ ਜਿੰਨੀਆਂ ਵੀ ਇਹਨਾਂ ਨੇ ਕੀਤੀਆਂ ਹੈ ਨਾ ਉਹ ਸੁਣਦੇ ਹੁੰਦੇ ਉਹ ਮੈਂ ਵੈਸੇ ਵੀ ਸੁਣਦਾ ਹੁੰਦਾ ਜੇ ਕਿਤੇ ਹੋਰ ਵੀ ਹੋਵਾਂ ਅਤੇ ਅਸੀਂ ਲਾ ਕੇ ਅਤੇ ਕਿਉਂਕਿ ਉਹਦੇ 'ਚ ਉਹ ਐਨਰਜੀ ਜਿਹੜਾ ਨਾ ਜਿਹੜਾ ਉਹ ਜਿੱਦਾਂ ਅਸੀਂ ਇਹ ਵੀ ਨਵੀਂ ਗੱਲ ਕਰਦੇ ਸੀ ਕਿ ਹਰ ਇੱਕ ਆਰਟਿਸਟ ਦੇ ਗਾਣਿਆਂ ਦੇ ਵਿੱਚ ਉਹਦੀ ਆਪਣੀ ਵਾਈਬਸ ਹੈ ਨਾ ਜਿਹੜੀਆਂ ਹਾਂਜੀ ਉਹ ਵੀ ਜ਼ਰੂਰ ਹੁੰਦੀਆਂ ਆਪਣੀ ਪਛਾਣ ਹੁੰਦੀ ਹੈ ਹਾਂ ਜੇ ਤੁਹਾਡੇ 'ਚ ਨੈਗੇਟਿਵਿਟੀ ਆ ਤਾਂ ਉਹ ਵੀ ਦਿਸੂਗੀ ਜੇ ਪੋਜ਼ਿਟਿਵਿਟੀ ਆ ਤਾਂ ਉਹ ਵੀ ਦਿਖੂਗੀ ਸੋ 3 ਆਰਟਿਸਟ ਹੋ ਗਏ ਗੁਰਦਾਸ ਮਾਨ ਜੀ ਕੁਲਦੀਪ ਮਾਨਕ ਜੀ ਟਰੂਸਕੂਲ ਵਾਟ ਅ ਲਿਸਟ ਯਾ ਦੈਟਸ ਅ ਕ੍ਰੇਜ਼ੀ ਲਿਸਟ ਦੋ ਹੋਰ ਕਿਹੜੇ ਆ ਤੁਹਾਡੇ ਮਨਪਸੰਦ ਵਾਲੇ ਹੋਰ ਮਨਪਸੰਦ ਦੇ ਆਰਟਿਸਟ ਮੇਰੇ ਸਾਰੇ ਵੈਸੇ ਮਨਪਸੰਦ ਹੀ ਆ ਹੋਰ ਨਵੇਂ ਆਰਟਿਸਟ ਵੀ ਜਿਹੜੇ ਜਿੱਦਾਂ ਉਹ ਇੱਕ ਨਵੀਂ ਹੋਰ ਬੈਲਟ ਆਈ ਸੀ ਤੇ ਬਿੰਦਰਖੀਆ ਸਾਹਿਬ ਦੇ ਗਾਣੇ ਮਨਮੋਹਨ ਵਾਰਸ ਸਾਹਿਬ ਦੇ ਗਾਣੇ ਹਾਂ ਤਾਂ ਇਹ ਮੈਂ ਸੁਣੇ ਯਾਰ ਕੀ ਇਮੈਜਿਨ ਜੇ ਹਲੇ ਬਿੰਦਰਖੀਆ ਜੀ ਇੱਥੇ ਹੁੰਦੇ ਕੀ ਕਮਾਲ ਹੁੰਦਾ ਜੋ ਉਹਨਾਂ ਨੇ 10 ਸਾਲਾਂ 'ਚ ਕੀਤਾ ਅਜੇ ਤੱਕ ਵੀ ਇੱਥੇ ਕਈ ਵਾਰੀ ਬਹਿੰਦੇ ਹੁੰਦੇ ਆ ਯਾਰ ਜੇ ਇੱਥੇ ਕਾਸ਼ ਇੱਥੇ ਸੁਰਜੀਤ ਬਿੰਦਰ ਕਿਹਾ ਹਲੇ ਵੀ ਹੋਏ ਕਮਾਲ ਕਰ ਦੇਣੀ ਸੀ ਇਜ਼ ਦਾ ਓਨਲੀ ਆਰਟਿਸਟ ਜਿਹਨੇ ਮਤਲਬ ਇੰਨੇ ਜ਼ਿਆਦਾ ਉਹਨਾਂ ਨੇ ਹਿੱਟ ਗਾਣੇ ਦਿੱਤੇ ਡੀਜੇਸ 'ਤੇ ਇੱਕ ਵਾਰ ਗਾਣਾ ਹਿੱਟ ਹੋ ਜਾਣਾ ਅਤੇ ਦੋ ਵਾਰੀ ਗਾਣਾ ਹਿੱਟ ਹੋ ਜਾਣੇ ਉਹ ਵੱਖਰੀ ਗੱਲ ਆ ਵਾਰ ਵਾਰ ਜਿੱਦਾਂ ਟੱਚ ਕੀਤਾ ਉੱਪਰ ਹੈ ਨਾ ਅਤੇ ਅਮੇਜ਼ਿੰਗ ਇਨਕ੍ਰੈਡੀਬਲ ਇਨਕ੍ਰੈਡੀਬਲ ਨਾਲੇ ਆਵਾਜ਼ ਜੋ ਰੇਂਜ ਸੀ ਐਸ ਵੈਲ ਜਿਹੜੀ ਇੰਨੀ ਲੰਬੀ ਹੇਕ ਲਾਉਂਦੇ ਹੁੰਦੇ ਸੀ ਇਨਕ੍ਰੈਡੀਬਲ ਭਾਜੀ ਆਈ ਵਾਂਟ ਟੂ ਟਾਕ ਅਬਾਊਟ ਬਚਪਨ ਤੋਂ ਜੋ ਤੁਸੀਂ ਛੋਟੇ ਹੁੰਦੇ ਸੀ ਤੁਹਾਡੇ ਘਰ ਦੇ ਵਿੱਚ ਸੰਗੀਤ ਦਾ ਮਾਹੌਲ ਹੁੰਦਾ ਸੀ ਜਾਂ ਪੜ੍ਹਨ ਲਿਖਣ ਦਾ ਜ਼ਿਆਦਾ ਮਾਹੌਲ ਹੁੰਦਾ ਸੀ ਜੋ ਵਨ ਯੂ ਵਰ ਗਰੋਇੰਗ ਅਪ ਯੂ ਨੋ ਦਿਲਜੀਤ ਦੋਸਾਂਝ ਜਿਹੜੇ ਇਨਸਾਨ ਆ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਆਈ ਵਾਂਟ ਟੂ ਨੋ ਕਿ ਤੁਹਾਡੇ ਸਭ ਤੋਂ ਫੇਵਰੇਟ 5 ਗੀਤ ਕਿਹੜੇ ਆ ਇਹ ਘੱਟ ਆ ਮੇਰੇ ਤਾਂ ਬਹੁਤ ਗੀਤ ਫੇਵਰੇਟ ਆਈ ਨੋ ਜੇ ਮੈਂ ਤੁਹਾਨੂੰ ਕਿਹਾ 5 ਹੀ ਆ ਤੁਹਾਡੇ ਵਾਟ ਵੁੱਡ ਯੂ ਸੇਜ਼ ਜੇ ਗੱਡੀ 'ਚ ਸਫ਼ਰ 'ਚ ਜਾ ਰਹੇ ਆ ਯਾਰ ਮੈਨੂੰ 5 ਗਾਣੇ ਚਾਹੀਦੇ ਆ ਮੇਰੇ ਮਨਪਸੰਦ ਦੇ ਜਿਹੜਾ ਮਰਜ਼ੀ ਆਰਟਿਸਟ ਹੋਵੇ ਜਿੱਥੋਂ ਮਰਜ਼ੀ ਬਣੇ ਹੋਣ ਕਿਹੜੇ ਹੋ ਗਏ ਯੋਰ 5 ਫੇਵਰੇਟ 5 ਗਾਣੇ ਗਾਣੇ ਤਾਂ ਬਹੁਤ ਜ਼ਿਆਦਾ ਆਰਟਿਸਟ ਦੱਸ ਦਿੰਦਾ ਮੈਂ ਹੈ ਨਾ ਕਿ ਗੁਰਦਾਸ ਮਾਨ ਸਾਹਿਬ ਦੇ ਗਾਣੇ ਹੁਣ ਵੀ ਅਸੀਂ ਬੜੀ ਇੰਟਰਸਟਿੰਗ ਗੱਲ ਆ ਸੀ ਜਦੋਂ ਸੁੱਖੀ ਭਾਅ ਜੀ ਮੈਨੂੰ ਲੈਣ ਆਏ ਸੀ ਏਅਰਪੋਰਟ ਤੋਂ ਅਤੇ ਅਸੀਂ ਉਹ ਕਈ ਗਾਣੇ ਸੁਣੇ ਨਵੇਂ ਵੀ ਬਟ ਜਦੋਂ ਪੁਰਾਣੇ ਗਾਣੇ ਅਸੀਂ ਸੁਣੇ ਅਤੇ ਪੰਜਾਬੀ ਫਿਲਮਾਂ ਦੇ ਵੀ ਈਵਨ ਮੈਂ ਹੁਣ ਚਲੋ ਪੰਜਾਬੀ ਫਿਲਮਾਂ 'ਚ ਕੰਮ ਕਰਦਾ ਪਰ ਕੁਛ ਗਾਣੇ ਮੈਂ ਪੰਜਾਬੀ ਫਿਲਮ ਵਾਲੇ ਪੁਰਾਣੇ ਸੁਣੇ ਹੀ ਨਹੀਂ ਸੀ ਅੱਛਾ ਜਿਨ੍ਹਾਂ ਦੀ ਕੁਆਲਿਟੀ ਜਿਨ੍ਹਾਂ ਦੀ ਕੰਪੋਜੀਸ਼ਨਸ ਜਿਨ੍ਹਾਂ ਦਾ ਕੰਮ ਅੱਜ ਦੇ ਫਿਲਮਾਂ ਦੇ ਗਾਣਿਆਂ ਨਾਲੋਂ ਬਹੁਤ ਜ਼ਿਆਦਾ ਬੈਟਰ ਸੀਗਾ
ਤੇ ਮੈਨੂੰ ਥੋੜੀ ਸ਼ਰਮ ਵੀ ਆਈ